ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਉਹ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜਮਾਲਪੁਰ ਬਾਣਾ ਚੰਡੀਗੜ੍ਹ ਰੋਡ ਵਿਖੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 40 ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ ਸੋ ਆਓ ਆਪਾਂ ਪਹਿਲਾਂ ਅੱਜ ਦਾ ਜੋ ਸ਼ਬਦ ਹੈ ਪਹਿਲਾਂ ਉਹਦਾ ਪਾਠ ਕਰੀਏ ਤੇ ਫਿਰ ਉਹਦੀ ਵਿਚਾਰ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਗਉੜੀ ਬੈਰਾਗਣ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਤਜੁਗ ਸਤ ਤੇਤਾ ਜਗੀ ਦਵਪਰ ਪੂਜਾ ਚਾਰ ਤੀਨੋ ਜੁਗ ਤੀਨੋਂ ਦੜੇ ਕਲ ਕੇਵਲ ਨਾਮ ਅਧਾਰ ਪਾਰ ਕੈਸੇ ਪਾਓ ਬੇਰੇ ਮੋਸਕੂਨ ਕਹੇ ਸਮਝਾਏ ਜਾਤੇ ਆਵਾ ਗਵਨ ਬਲਾਏ ਰਹਾਉ ਬਹੁ ਵਿਦ ਧਰਮ ਨਰੂਪੀਐ ਕਰਤਾ ਦੀ ਸੈ ਸਭ ਲੋਏ ਕਵਨ ਕਰਮ ਤੇ ਛੂਟੀਐ ਜੇ ਸਾਦੇ ਸਭ ਸਿੱਧ ਹੋਏ ਕਰਮ ਅਕਰਮ ਵਿਚਾਰਿਐ ਸੰਕਾ ਸੁਨ ਬੇਦ ਪੁਰਾਨ ਸੰਸਾ ਸਦ ਹਿਰਦੈ ਵਸੈ ਕੌਣ ਹਰੈ ਅਭਿਮਾਨ ਬਾਹਰ ਉਦਕ ਪਖਾਰੀ ਜੈ ਘਟ ਭੀਤਰ ਵਿਭ ਦਿਬਕਾਰ ਸੁਧ ਕਵਨ ਪਰ ਹੋਏ ਬੋ ਸੁਚ ਕੁੰਚਰ ਬਿਦ ਬਿਉਹਾਰ ਰਬ ਪ੍ਰਗਾਸ ਰਜਨੀ ਜਥਾ ਗਤ ਜਾਣਤ ਸਭ ਸੰਸਾਰ ਪਾਰਸ ਮਨ ਨੂੰ ਤਾਬੂ ਛੂਏ ਕਨ ਕੋਤ ਨਹੀਂ ਬਾਰ ਪਰਮ ਪਰਸ ਗੁਰ ਭੇਟੀਐ ਪੂਰਬ ਲਿਖ ਲਿਖਤ ਲਾਟ ਓਨ ਮਨ 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 ਹੀ ਮਿਲੇ ਛੁਟ ਕਤ ਬਜਰ ਕਾ ਪਾਟ ਭਗਤ ਜਗਤ ਮਤ ਸਤ ਕਰੀ ਭ੍ਰਮ ਬੰਧਨ ਕਾਟ ਬਿਕਾਰ ਸੋਈ ਵਸ ਰਸ ਮਨ ਮਿਲੇ गुणन रह गुण एक विचार अनक जतन ने ग्रह किए टारी ना टरए भ्रम फास प्रेम भक्त नहीं उपजे ताते रविदास उदास अनक जतन ने ग्रह किए टारी ना टरए प्रम फास ਪ੍ਰੇਮ ਭਗਤ ਨਹੀਂ ਉਪਜੈ ਤਾ ਤੇ ਰਵਿਦਾਸ ਉਦਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰ ਜੋ ਗੁਰੂ ਰੂਪ ਸਾਧ ਸੰਗਤ ਜੀ ਉਹ ਆਪ ਜੀ ਨੇ ਗੌੜੀ ਬਰਾਗਣ ਰਾਗ ਦੇ ਵਿੱਚ ਸਤਗੁਰੂ ਰਵਦਾਸ ਜੀ ਮਹਾਰਾਜ ਜੀ ਦੇ ਇਸ ਸ਼ਬਦ ਦਾ ਪਾਠ ਸਰਵਣ ਕੀਤਾ ਹੈ ਆਓ ਆਪਾਂ ਸਾਰੇ ਰਲ ਮਿਲ ਕੇ ਇਹਦੀ ਵਿਚਾਰ ਕਰੀਏ ਸਤਜੁਗ ਸਤ ਤੇ ਤਾਜਗੀ ਦਵਪਰ ਪੂਜਾ ਚਾਰ ਤੀਨੋਂ ਯੁਗ ਤੀਨੋਂ ਦੜੇ ਕਲ ਕੇਵਲ ਨਾਮ ਅਦਾਰ ਇੱਥੋਂ ਤੱਕ ਜੋ ਇਹ ਸ਼ਬਦ ਹੈ ਇਹ ਅਸਲ ਵਿੱਚ ਵਿਸ਼ਨੂ ਪੁਰਾਣ ਦਾ ਸ਼ਬਦ ਹੈ ਸੰਸਕ੍ਰਿਤ ਦੇ ਵਿੱਚ ਉੱਥੇ ਲਿਖਿਆ ਹੋਇਆ ਹੈ ਜਿਸ ਨੂੰ ਹੂਬੂ ਸਤਗੁਰੂ ਰਵਦਾਸ ਜੀ ਮਹਾਰਾਜ ਜੀ ਨੇ ਇਸ ਗੁਰਮੁਖੀ ਦੇ ਵਿੱਚ ਇੱਥੇ ਲਿਖਿਆ ਹੈ। ਤੋਂ ਉਸ ਦੇ ਵਿਚਾਰ ਅਨੁਸਾਰ ਲਿਖਿਆ ਹੈ ਸਤਜੁਗ ਸਤ ਤੇਤਾ ਜਗੀ ਕਿਉਂਕਿ ਉਹ ਜੋ ਸ਼ਲੋਕ ਹੈ ਵਿਸ਼ਨੂੰ ਪੁਰਾਣ ਦਾ ਉਹਦੇ ਅਨੁਸਾਰ ਜਿਹੜਾ ਸਤਜੁਗ ਹੈ ਕਿਉਂਕਿ ਹਿੰਦੂ ਧਰਮ ਨੇ ਜੋ ਸਮਾ ਹੈ ਉਹਨੂੰ ਚਾਰ ਯੁਗਾਂ ਦੇ ਵਿੱਚ ਵੰਡਿਆ ਹੈ। ਉਹ ਚਾਰ ਯੁਗ ਕਿਹੜੇ 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 ਹਨ ਉਹਨਾਂ ਦਾ ਜੋ ਵਰਣਨ ਇੱਥੇ ਕੀਤਾ ਗਿਆ ਹੈ ਤੇ ਸਤਜੁਗ ਸਤ ਤੇਤਾ ਜਗੀ ਦੁਆਪਰ ਪੂਜਾਚਾਰ ਉਸ ਸ਼ਲੋਕ ਦੇ ਅਨੁਸਾਰ ਕਿਹਾ ਗਿਆ ਹੈ ਕਿ ਸਤਜੁਗ ਦੇ ਵਿੱਚ ਦਾਨ ਪੁੰਨ ਪ੍ਰਧਾਨ ਹੁੰਦਾ ਹੈ ਹੁੰਦਾ ਹੈ ਸਤਜੁਗ ਸਤ ਤੇਤਾ ਜਗੀ ਸਤ ਤੋਂ ਭਾਵ ਹੈ ਦਾਨ ਪੁੰਨ ਉਸ ਯੁਗ ਦੇ ਵਿੱਚ ਸਤਜੁਗ ਦੇ ਵਿੱਚ ਜੋ ਪ੍ਰਧਾਨਤਾ ਹੁੰਦੀ ਹੈ ਉਹ ਹੁੰਦੀ ਹੈ ਦਾਨਪੁਨ ਦੀ ਤ੍ਰੇਤੇ ਦੇ ਵਿੱਚ ਜਦੋਂ ਤ੍ਰੇਤਾ ਯੁੱਗ ਆ ਜਾਂਦਾ ਹੈ ਉਦੋਂ ਪੂਜਾਚਾਰ ਦੇਵਤਿਆਂ ਦੀ ਪੂਜਾ ਦਾ ਵਿਧਾਨ ਹੁੰਦਾ ਹੈ ਸਤਜੁਗ ਸਤ ਤ੍ਰੇਤਾ ਜਗੀ ਦਵਪਰ ਪੂਜਾਚਾਰ ਤੀਨੋਂ ਯੁਗ ਤੀਨੋਂ ਧੜੇ ਕਲ ਕੇਵਲ ਨਾਮ ਆਧਾਰ ਤ੍ਰੇਤੇ ਯੁੱਗ ਦੇ ਵਿੱਚ ਪੂਜਾਚਾਰ ਸਤਜੁਗ ਦੇ ਵਿੱਚ ਦਾਨ ਪਨ ਦਵਪਰ ਦੇ ਵਿੱਚ ਪੂਜਾਚਾਰ ਤੇ ਇਹ ਤਿੰਨਾਂ ਯੁਗਾਂ ਦਾ ਜਿਹੜਾ ਵਿਧਾਨ ਹੈ ਉਹ ਲਾਗੂ ਹੁੰਦਾ ਹੈ ਤੇ ਕਾਲ ਯੁਗ ਦੇ ਵਿੱਚ ਕੀ ਹੁੰਦਾ ਹੈ ਤਿੰਨੋਂ ਯੁਗ ਤਿੰਨੋਂ ਦੇਲੇ ਕਲ ਕੇਵਲ ਨਾਮ ਆਧਾਰ ਸੋ ਕਾਲ ਯੁਗ ਦੇ ਵਿੱਚ ਰਾਮ ਦਾ ਨਾਮ ਤੇ ਕ੍ਰਿਸ਼ਨ ਦਾ ਨਾਮ ਪ੍ਰਧਾਨ ਹੁੰਦਾ ਹੈ ਹੁਣ ਅੱਜ ਕੱਲ ਆਪ ਵੀ ਦੇਖਦੇ ਆ ਹਰੇ ਹਰੇ ਕ੍ਰਿਸ਼ਨਾ ਹਰੇ ਹਰੇ ਰਾਮਾ ਦਾ ਜ਼ਿਆਦਾ ਜਾਪ ਕੀਤਾ ਜਾਂਦਾ ਮੰਦਰਾਂ ਦੇ ਵਿੱਚ ਕਿਉਂਕਿ ਇਸ ਯੁੱਗ ਦੇ ਵਿੱਚ ਉਹਨਾਂ ਦੇ ਅਨੁਸਾਰ ਇਸ ਇਸ ਨਾਮ ਦੀ ਪ੍ਰਧਾਨਤਾ ਹੁੰਦੀ ਹੈ ਰਾਮ ਦੀ ਤੇ ਕ੍ਰਿਸ਼ਨ ਦੇ ਨਾਮ ਦੀ ਪ੍ਰਧਾਨਤਾ ਮੰਨੀ ਗਈ ਹੈ ਪਰ ਸਤਿਗੁਰੂ ਰਵਦਾਸ ਜੀ ਮਹਾਰਾਜ ਇਹ ਤਿੰਨਾਂ ਯੁੱਗਾ ਦੀ ਥਿਊਰੀ ਨੂੰ ਰੱਦ ਕਰ ਰਹੇ ਹਨ ਉਹ ਮੰਨ ਨਹੀਂ ਰਹੇ ਹਨ ਸਤਜੁਗ ਸਤ ਤੇਤਾ ਜਗੀ ਸਤਜੁਗ ਦੇ ਵਿੱਚ ਦਾਨਪੁਨ ਤੇਤੇ ਦੇ ਵਿੱਚ ਜਗ ਪ੍ਰਧਾਨ ਦੁਆਪਰ ਦੇ ਵਿੱਚ ਦੇਵਤਿਆਂ ਦੀ ਪੂਜਾ ਕਲਯੁਗ ਦੇ ਵਿੱਚ ਰਾਮ ਦਾ ਤੇ ਕ੍ਰਿਸ਼ਨ ਦਾ ਜੋ ਨਾਮ ਹੈ ਉਹਦਾ ਜੋ ਪ੍ਰਧਾਨਤਾ ਹੈ ਇਹ ਤਿੰਨਾਂ ਨੂੰ ਹੀ ਰੱਦ ਕਰਦੇ ਨੇ ਸਤਗੁਰੂ ਦਾਸ ਜੀ ਮਹਾਰਾਜ ਆਪਣਾ ਪ੍ਰਸ਼ਨ ਸ਼ੁਰੂ ਕਰਦੇ ਹਨ ਕਿ ਪਾਰ ਕੈਸੇ ਪਾਉ ਬਰੇ ਮੋਸੋ ਕੋਉ ਨਾ ਕਹੇ ਸਮਝਾਏ ਇਹੀ ਕਿਹਾ ਜਾਂਦਾ ਹੈ ਕਿ ਸਤਜੋਗ ਵਿੱਚ ਪਾਈ ਦਾਨਪੁਨ ਹੁੰਦੇ ਨੇ ਤਿੱਤੇ ਦੇ ਵਿੱਚ ਜਗ ਹੁੰਦੇ ਨੇ ਦੁਆਪਰ ਦੇ ਵਿੱਚ ਦੇਵਤਿਆਂ ਦੀ ਪੂਜਾ ਹੁੰਦੀ ਹੈ ਪਰ ਮੈਨੂੰ ਇਹ ਕੋਈ ਨਹੀਂ ਸਮਝਾਉਂਦਾ ਕਿ ਆਹ ਜਿਹੜਾ ਜੀਵਨ ਹੈ ਮਰਨ ਤੋਂ ਲੈ ਕੇ ਜਨਮ ਤੱਕ ਇਹਨੂੰ ਕਿਵੇਂ ਸਹੀ ਤਰੀਕੇ ਦੇ ਨਾਲ ਬਤੀਤ ਕੀਤਾ ਜਾਵੇ ਪਾਰ ਕੈਸੇ ਪਾਓ ਬਰੇ ਮੋਕੋ ਮੋਸੋ ਕੂ ਨਾ ਕਹੇ ਸਮਝਾਏ ਕਿ ਇਹਨਾਂ ਥਿਉਰੀਆਂ ਦੇ ਵਿੱਚ ਇਹ ਜੋ ਦਿੱਤੀਆਂ ਗਈਆਂ ਹਨ ਵੈਦਾਂ ਪ੍ਰਾਣਾ ਦੇ ਵਿੱਚ ਇਹਨਾਂ ਦੇ ਵਿੱਚ ਅਸਲ ਸਮੱਸਿਆ ਦਾ ਹੱਲ ਨਹੀਂ ਹੈ ਮਨੁੱਖ ਦੀ ਜ਼ਿੰਦਗੀ ਦਾ ਜੋ ਅਸਲ ਸਮੱਸਿਆ ਹੈ ਆ ਜੀਵਨ ਨੂੰ ਕਿਵੇਂ ਵਧੀਆ ਤਰੀਕੇ ਦੇ ਨਾਲ ਬਤੀਤ ਕਰਨਾ ਹੈ ਇਹਦਾ ਹੱਲ ਨਹੀਂ ਹੈ ਪਾਰ ਕੈਸੇ ਪਾਊ ਬੇਰੇ ਮੋਸੋ ਕੋਊ ਨਾ ਕਹੇ ਸਮਝਾਏ ਜਾ ਤੇ ਆਵਾ ਗਰਮ ਬੁਲਾਏ ਇਹ ਜਾਂ ਤਰੀਕਾ ਇਹਨਾਂ ਦੇ ਵਿੱਚ ਕੋਈ ਨਹੀਂ ਹੈ ਕਿ ਮੈਂ ਆ ਜੋ ਵੱਖ-ਵੱਖ ਜੂਨਾਂ ਦੇ ਵਿੱਚ ਅਸੀਂ ਤੁਰੇ ਆਉਨੇ ਆ ਵੱਖੋ-ਵੱਖਰੀਆਂ ਜੋ 84 ਲੱਖ ਜੂਨਾਂ ਉਹਨਾਂ ਦੇ ਮਿੱਥੀਆਂ ਨੇ ਉਹਨਾਂ ਤੋਂ ਪਾਰ ਕਿਵੇਂ ਲੰਘਿਆ ਜਾ ਸਕੇ ਕਦੇ ਕੁੱਤੇ ਦੀ ਗਧੇ ਦੀ ਕਦੇ ਕਿਸੇ ਜੂਨ ਦੇ ਵਿੱਚ ਸੱਪ ਦੀ ਅਨੇਕਾਂ ਜੂਨਾਂ ਵਿੱਚ ਭੋਗਦਾ ਹੋਇਆ ਬੰਦਾ ਦੁੱਖ ਭੁਗਤਦਾ ਆਉਂਦਾ ਹੈ ਕਿਉਂਕਿ ਇਹਨਾਂ ਜੂਨਾਂ ਵਿੱਚ ਹੋਰ ਹੈ ਕਿ ਦੁੱਖ ਹੀ ਦੁੱਖ ਨੇ ਇੱਥੋਂ ਤੱਕ ਕਿ ਮੁਨੱਖਾ ਜੂਨ ਦੇ ਵਿੱਚ ਵੀ ਕਿਹਾ ਗਿਆ ਵੀ ਇਹ ਵੀ ਦੁੱਖਾਂ ਦਾ ਘਰ ਹੈ ਤੋ ਲੇਕਿਨ ਇਹ ਤੋ ਉਪਰ ਕਿਵੇਂ ਉਠਿਆ ਜਾ ਸਕੇ ਇਹ ਤੋ ਪਾਰਕ ਮੇ ਪਾਇਆ ਜਾ ਸਕੇ ਜਾਤੇ ਆਵਾ ਗਵਨ ਬਲਾਏ ਇਹ ਟੰਗ ਤਰੀਕਾ ਮੈਨੂੰ ਇਹਨਾਂ ਵਿੱਚੋਂ ਨਹੀਂ ਦਿਖ ਰਿਹਾ ਹੈ ਇਸ ਕਰਕੇ ਮੈਂ ਇਸ ਥਿਉਰੀ ਨੂੰ ਰੱਦ ਕਰਦਾ ਹਾਂ ਜਾਤੇ ਆਵਾ ਗਵਨ ਬਲਾਏ ਰਹਾਉ ਬਹੁ ਵਿਦ ਧਰਮ ਨਰੂਪੀਐ ਕਰਤਾ ਦੀ ਸੇ ਸਭ ਲੋਏ ਕਵਨ ਕਰਮ ਤੇ ਛੁਟਿਏ ਜੇ ਸਾਧੇ ਸਭ ਸਿੱਧ ਹੋਏ ਫਿਰ ਅੱਗੇ ਹੋਰ ਕਿਉਂਕਿ ਪਹਿਲਾਂ ਸਤਿਗੁਰੂ रविदास ਜੀ ਮਹਾਰਾਜ ਜੋ ਪਿੱਛੋਂ ਚਲੀ ਆ ਰਹੀ ਧਾਰਮਿਕ ਜੋ ਰੀਤੀ ਰਿਵਾਜ ਨੇ ਜੋ ਚੱਲਿਆ ਆ ਰਿਹਾ ਹੈ ਉਹ ਉਹਦੀ ਬਾਰੇ ਸਮਝਾ ਰਹੇ ਨੇ ਫਿਰ ਉਹ ਅਖੀਰ ਦੇ ਵਿੱਚ ਆਪਣੇ ਜੋ ਆਪਣੀ ਵਿਚਾਰਧਾਰਾ ਉਹ ਦੱਸਣਗੇ ਤਾਂ ਉਹ ਸਤਿਗੁਰੂ रविदास ਜੀ ਮਹਾਰਾਜ ਕਹਿ ਰਹੇ ਕਹਿ ਰਹੇ ਹਨ ਬਹੁਬਦ ਧਰਮ ਨਰੂਪੀਏ ਕਰਤਾ ਦੀ ਸੇ ਸਭ ਲੋਏ ਸਾਰੇ ਲੋਕ ਵੱਖੋ-ਵੱਖਰੇ ਧਰਮ ਅਪਣਾ ਰਹੇ ਹਨ ਕੋਈ ਕਿਸੇ ਨੇ ਕੋਈ ਧਰਮ ਨਿਭਾ ਰਿਹਾ ਹੈ ਕੋਈ ਕੋਈ ਧਰਮ ਆਪੋ ਆਪਣੇ ਧਰਮ ਹਰ ਕੋਈ ਨਿਭਾ ਰਿਹਾ ਹੈ ਬਹੁ ਵਿਧ ਧਰਮ ਨਰੂਪੀਏ ਅਲੱਗ-ਅਲੱਗ ਧਰਮ ਨੇ ਤਰ੍ਹਾਂ-ਤਰ੍ਹਾਂ ਦੇ ਹਰ ਇੱਕ ਦੇ ਆਪੋ ਆਪਣੇ ਧਰਮ ਨੇ ਸਾਰਾ ਸੰਸਾਰ ਸਾਰੇ ਲੋਕ ਮੈਨੂੰ ਇਹ ਕਰਦੇ ਦਿਖ ਰਹੇ ਨੇ ਕਵਨ ਕਰਮ ਤੇ ਛੂਟੀਏ ਜੇ ਸਾਧੇ ਸਭ ਸਿੱਧ ਹੋਏ ਪਰ ਉਹ ਕਿਹੜਾ ਧਰਮ ਅਪਣਾਇਆ ਜਾਵੇ ਜਿਹਦੇ ਨਾਲ ਸਾਰਾ ਕੁਝ ਹੀ ਪ੍ਰਾਪਤ ਹੋ ਜਾਵੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਵੇ ਕਵਨ ਕਰਮ ਤੇ ਛੂਟੀਏ ਜੇ ਸਾਧੇ ਸਭ ਸਿੱਧ ਹੋਏ ਸਾਰਾ ਕੁਝ ਹੀ ਪ੍ਰਾਪਤ ਹੋ ਜਾਵੇ ਸੁੱਖ ਹੀ ਸੁੱਖ ਮਿਲ ਜਵੇ ਦੁੱਖ ਰਹਿਣਾ ਹੀ ਨਾ ਇਹੋ ਜਿਹਾ ਤਰੀਕਾ ਮੈਨੂੰ ਕੋਈ ਨਹੀਂ ਦੱਸ ਰਿਹਾ ਹੈ ਕਰਮ ਅਕਰਮ ਵਿਚਾਰੀ ਹੈ ਸੰਕਾ ਸੁਣ ਬੇਦ ਪ੍ਰਾਣ ਸੰਸਾ ਸਦ ਹਿਰਦੈ ਬਸੇ ਕੌਣ ਹਰੇ ਅਭਿਮਾਨ ਜਿਹੜੀ ਬੇਦਾਂ ਦੀ ਥਿਉਰੀ ਆ ਉਹਦੇ ਵਿੱਚ ਕਰਮ ਕਰਮ ਦਾ ਦੱਸਿਆ ਵੀ ਆਹ ਕਰਮ ਕਰਨੇ ਨੇ ਆਹ ਕਰਮ ਨਹੀਂ ਕਰਨੇ ਉਥੇ ਵੀ ਉਹਨਾਂ ਦੇ ਵਿਚਾਰਤਾਰਾਂ ਨੂੰ ਪੜ੍ਹ ਕੇ ਵੀ ਵਿਚਾਰ ਕੇ ਵੀ ਮੈਂ ਇਸ ਸਿੱਟੇ ਤੇ ਪਹੁੰਚਿਆ ਹਾਂ ਕਿ ਮੇਰੇ ਮਨ ਦੀ ਸੰਸਾ ਦੂਰ ਨਹੀਂ ਹੁੰਦੀ ਹੈ ਕਰਮ ਅਕਰਮ ਵਿਚਾਰਿਆ ਸੰਸਕਾ ਸੁਣ ਬੇਦ ਪ੍ਰਾਨ ਮੇਰੇ ਮਨ ਦੇ ਅੰਦਰ ਸੰਕਾ ਬਣੀ ਰਹਿੰਦੀ ਹੈ ਮੇਰੇ ਮਨ ਦੀ ਤਸੱਲੀ ਨਹੀਂ ਹੁੰਦੀ ਹੈ ਸੰਸਾ ਸਦ ਹਿਰ ਦੇ ਬਸੇ ਕੌਣ ਹਰੇ ਅਭਿਮਾਨ ਮੇਰੇ ਹਿਰਦੇ ਦੇ ਵਿੱਚੋਂ ਮੇਰੇ ਮਨ ਦੇ ਵਿੱਚੋਂ ਮੇਰੇ ਦਿਮਾਗ ਦੇ ਵਿੱਚੋਂ ਸੰਸਾ ਨਹੀਂ ਨਿਕਲਦੀ ਹੈ ਪ੍ਰਸ਼ਨ ਖੜਾ ਹੀ ਰਹਿੰਦਾ ਹੈ ਮੇਰੇ ਮਨ ਦੀ ਤਸੱਲੀ ਨਹੀਂ ਹੁੰਦੀ ਹੈ ਇਹ ਸਾਰੀਆਂ ਜਿਹੜੀਆਂ ਬਿੱਲੀਆਂ ਨੇ ਜੋ ਹੁਣ ਤੱਕ ਚੱਲ ਰਹੀਆਂ ਹਨ ਇਹਨਾਂ ਨਾਲ ਮੇਰੇ ਮਨ ਦੀ ਕੋਈ ਤਸੱਲੀ ਨਹੀਂ ਹੋ ਰਹੀ ਹੈ ਸੰਸਾ ਸਰ ਹਿਰਦੇ ਬਸੇ ਕੌਣ ਹਿਰੇ ਅਬਮਾਨ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਸਤਗੁਰੂ ਵਿਦਾਸ ਜੀ ਮਹਾਰਾਜ ਜੀ ਨੇ ਜੋ ਉਸ ਸਮੇਂ ਦੇ ਧਰਮ ਚੱਲ ਰਹੇ ਸਨ ਰੀਤੀ ਰਿਵਾਜ ਜੋ ਵੱਖੋ ਵੱਖਰੇ ਚੱਲ ਰਹੇ ਜਾਂ ਬੇਦ ਪ੍ਰਾਣ ਉਹਨਾਂ ਦੀ ਚੰਗੀ ਤਰ੍ਹਾਂ ਕੋਖ ਕੀਤੀ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ ਹੋਊਗਾ ਪਰਦੋਂ ਤੋਂ ਬਾਅਦ ਹੀ ਉਹ ਇਸ ਸਿੱਟੇ ਤੇ ਪਹੁੰਚੇ ਕਿ ਇਹਨਾਂ ਦੇ ਨਾਲ ਵੀ ਮੇਰੇ ਮਨ ਦੀ ਸ਼ੰਕਾ ਦੂਰ ਨਹੀਂ ਹੁੰਦੀ ਮੇਰੇ ਮਨ ਦੀ ਤਸੱਲੀ ਨਹੀਂ ਹੁੰਦੀ ਇਸੇ ਕਰਕੇ ਹੀ ਉਹ ਉਸ ਥਿਓਰੀ ਨੂੰ ਰੱਦ ਕਰ ਰਹੇ ਹਨ ਬਾਹਰ ਉਦਕ ਪਖਾਰੀ ਹੈ ਘਟ ਭੀਤਰ ਬਿਬਦ ਬਿਕਾਰ ਫਿਰ ਇਹ ਕਹਿੰਦੇ ਨੇ ਤੁਹਾਡੇ ਹੀ ਗ੍ਰੰਥ ਕਹਿੰਦੇ ਨੇ ਜੋ ਤੀਰਥਾਂ ਤੇ ਇਸ਼ਨਾਨ ਕਰਨ ਦੀ ਗੱਲ ਕਰਦੇ ਨੇ ਉਹਦੇ ਨਾਲ ਕੀ ਹੁੰਦਾ ਅਸੀਂ ਬਾਹਰੋਂ ਤਾਂ ਨਹਾ ਲੈਨੇ ਆ ਬਾਹਰ ਤੋਂ ਆਪਣਾ ਪਿੰਡਾ ਧੋ ਲੈਨੇ ਆ ਬਾਹਰ ਉਦਕ ਪੁਖਾਰੀ ਹੈ ਘਟ ਪੀਤਰ ਵਿਵਦ ਵਿਕਾਰ ਇਹਦੇ ਨਾਲ ਇਹ ਠੀਕ ਆ ਵੀ ਇਹ ਇਸ਼ਨਾਨ ਕਰਨ ਦੇ ਨਾਲ ਐਸਾ ਨਹਾਉਣ ਦੇ ਨਾਲ ਤੀਰਥਾਂ ਦੇ ਉੱਤੇ ਸਾਡੇ ਬਾਹਰਲਾ ਤਾਂ ਸਰੀਰ ਤੋਤਾ ਜਾਂਦਾ ਸਾਫ਼ ਹੋ ਜਾਂਦਾ ਪਰ ਜਿਹੜੇ ਅੰਦਰਲੇ ਵਿਕਾਰ ਨੇ ਸਮੱਸਿਆ ਤਾਂ ਉਹ ਨੇ ਨਾ ਜਿਹੜੇ ਸਾਡੇ ਅੰਦਰ ਔਗਣ ਨੇ ਜੋ ਵਿਕਾਰ ਪਏ ਹੋਏ ਨੇ ਤਰ੍ਹਾਂ ਤਰ੍ਹਾਂ ਦੇ ਜੋ ਵਿਕਾਰ ਨੇ ਸਾਡੇ ਅੰਦਰ ਉਹਨਾਂ ਦਾ ਕੀ ਕੀਤਾ ਜਾਵੇ ਬਾਹਰ ਉਦਕ ਪਖਾਰੀ ਐ ਘਟ ਪੀਤਰ ਵਿਭਦ ਵਿਕਾਰ ਸੁੱਧ ਕਮਨ ਪਰ ਹੋਏ ਵੋ ਸੁਚ ਕੁੰਚਰ ਵਿਧ ਬਿਵਹਾਰ ਇਹ ਨਹਾਉਣਾ ਤਾਂ ਤੇਰਾ ਜਿਹੜਾ ਹੈਗਾ ਇਹ ਜਿਹੜਾ ਸੋਚੇ ਹੋਣਾ ਹੈ ਇਹ ਜਿਹੜਾ ਤਾਂ ਇਸ਼ਨਾਨ ਹੈ ਇਹ ਤਾਂ ਉਸ ਤਰ੍ਹਾਂ ਹੈ ਜਿਵੇਂ ਹਾਥੀ ਦਾ ਇਸ਼ਨਾਨ ਹਾਥੀ ਜਾਂਦਾ ਹੈ ਨਦੀ ਦੇ ਕਿਨਾਰੇ ਉੱਤੇ ਤੋ ਪਾਣੀ ਦੇ ਵਿੱਚ ਉਹ ਆਪਣੀ ਸੁੰਡ ਭਰ-ਭਰ ਕੇ ਆਪਣੇ ਉੱਤੇ ਪਾਣੀ ਪਾਉਂਦਾ ਹੈ ਤੇ ਉਸ ਤੋਂ ਬਾਅਦ ਨਹਾਉਣ ਤੋਂ ਬਾਅਦ ਜਦੋਂ ਬਾਹਰ ਆਉਂਦਾ ਫਿਰ ਉਹ ਜਿਹੜਾ ਰੇਤਾ ਹੁੰਦਾ ਹੈ ਬਰੇਤੀ ਦੇ ਉੱਤੇ ਫਿਰ ਲਟ ਜਾਂਦਾ ਹੈ ਮਤਲਬ ਜਿਸ ਤਰ੍ਹਾਂ ਜਿਹੋ ਜਿਹਾ ਜਾਂਦਾ ਉਹ ਹੈ ਜੀ ਫਿਰ ਮੁੜਿਆ ਆਉਂਦਾ ਹੈ ਇਸ ਕਰਕੇ ਸਤਿਗੁਰੂ ਦਾਸ ਜੀ ਮਹਾਰਾਜ ਕਹਿੰਦੇ ਨੇ ਵੀ ਇਹ ਜਿਹੜਾ ਤੁਹਾਡਾ ਨਹਾਉਣਾ ਇਹ ਕੋਈ ਇਹ ਤਾਂ ਉਹ ਹਾਥੀ ਵਰਗਾ ਨਹਾਉਣਾ ਉਹ ਹੈ ਜੇ ਇਸ਼ਨਾਨ ਕਿ ਬਾਹਰੋਂ ਦਾ ਨਹਾ ਲੈ ਬ੍ਰੇਤ ਤੀ ਆ ਕੇ ਫੇਰ ਲਿਬੜ ਕੇ ਜਿਹੋ ਜੇ ਗਏ ਸੀ ਉਹ ਜੇ ਆ ਗਏ ਤੋ ਫਿਰ ਸੁਧਾ ਸੀ ਕਿਵੇਂ ਹੋਵਾਂਗੇ ਜੋ ਸਾਡੀ ਅੰਦਰਲੀ ਸ਼ੁੱਧਤਾ ਹੈ ਉਹ ਬਾਹਰਲੇ ਪਾਣੀ ਨਾਲ ਨਹੀਂ ਆਉਣੀ ਹੈ ਅੰਦਰਲੀ ਜਿਹੜੀ ਮੈਲ ਆ ਉਹ ਉਹ ਬਾਹਰਲੇ ਪਾਣੀ ਨਾਲ ਨਹੀਂ ਧੋਤੀ ਜਾਣੀ ਹੈ ਸੁਧ ਕਵਨ ਪਰ ਹੋਏ ਬੋ ਸੁਚ ਕੁੰਚਰ ਵਿਦ ਬਿਹਾਰ ਇਹ ਤਾਂ ਤੁਹਾਡਾ ਨਾਉਣਾ ਉਸ ਹਾਥੀ ਦੇ ਨਾਉਣ ਵਰਗਾ ਹੀ ਹੈ ਫਿਰ ਇਥੋਂ ਆਪਣੀ ਸਤਗੁਰੂ ਦਾ ਜੀ ਆਪਣੀ ਵਿਚਾਰਧਾਰਾ ਸ਼ੁਰੂ ਕਰਦੇ ਨੇ ਰਬ ਪਰਗਾਸ ਰਜਨੇ ਜਥਾ ਗਤ ਜਾਣਤ ਸਭ ਸੰਸਾਰ ਪਾਰਸ ਮਨ ਨੂੰ ਤਾਬੂ ਛੂਏ ਕਨਕ ਹੂਤ ਨਹੀਂ ਬਾਰ ਉਹ ਕਹਿੰਦੇ ਨੇ ਜਿਸ ਤਰ੍ਹਾਂ ਸੂਰਜ ਦੀ ਰੌਸ਼ਨੀ ਹੁੰਦੇ ਸਾਰ ਹੀ ਜਦੋਂ ਸੂਰਜ ਨਿਕਲਿਆ ਆਉਂਦਾ ਹੈ ਸੂਰਜ ਦਾ ਜੋ ਜਦੋਂ ਪ੍ਰਕਾਸ਼ ਹੋ ਜਾਂਦਾ ਹੈ ਤਾਂ ਰਾਤ ਨੂੰ ਮਿਟਦੇ ਨੂੰ ਦੇਰ ਨਹੀਂ ਲੱਗਦੀ ਹੈ ਰਬ ਪਰਗਾਸ ਰਜਨੀ ਜਥਾ ਗਤ ਜਾਣਤ ਸਭ ਜਿਸ ਤਰ੍ਹਾਂ ਸੂਰਜ ਦੇ ਉੱਗਣ ਦੇ ਸਾਰ ਹੀ ਰਾਤ ਖਤਮ ਹੋ ਜਾਂਦੀ ਹੈ 파ਰਸ਼ ਮਾਨੋ ਤਾਬੋ ਛੂਏ ਕਨਕ ਹੋਤਨੇ ਬਾਰ ਜਿਵੇਂ ਤਾਂਬੇ ਦੇ ਨਾਲ 파ਰਸ਼ ਸੁੰਧਿਆ ਉਹਨੂੰ ਸੋਨਾ ਬਣਨ ਨੂੰ ਦੇਰ ਨਹੀਂ ਲੱਗਦੀ ਜਿਵੇਂ ਸੂਰਜ ਨਿਕਲਣ ਦੇ ਨਾਲ ਉਹਦੇ ਪ੍ਰਕਾਸ਼ ਦੇ ਨਾਲ ਰਾਤ ਮਿਟਣ ਨੂੰ ਦੇਰ ਨਹੀਂ ਲੱਗਦੀ ਜਿਵੇਂ ਤਾਂਬੇ ਦੇ ਨਾਲ ਜਦੋਂ 파ਰਸ ਛੂ ਜਾਂਦਾ ਹੈ সোਨਾ ਬਣਨ ਨੂੰ देर ਨਹੀਂ ਲੱਗਦੀ ਤੋ ਇਸੇ ਤਰ੍ਹਾਂ ਪਰਮ ਪਰਸ ਗੁਰ ਭੇਟੀਏ ਪੂਰਬ ਲਿਖਤ ਲੜਾਟ ਉਨ ਮੰਨ 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 ਹੀ ਮਿਲੇ ਛਟਕਤ ਬਜਰ ਕਪਾਟ ਤਾਂ ਜਦੋਂ ਉਹ ਗੁਰੂ ਮਿਲ ਜਾਂਦਾ ਹੈ ਸੱਚਾ ਗੁਰੂ ਪਰਮ ਪਰਸ ਗੁਰੂਆਂ ਦਾ ਵੀ ਗੁਰੂ ਪਰਮ ਪਰਸ ਗੁਰ ਭੇਟੀਏ ਪੂਰਬ ਲਿਖਤ ਲਲਾਟ ਲਲਾਟ ਕੀ ਆ ਮੱਥੇ ਦੇ ਲੇਖ ਜਦੋਂ ਮੱਥੇ ਦੇ ਲੇਖ ਜਗਦੇ ਨੇ ਜਦੋਂ ਅਸੀਂ ਆਪਣੇ ਮੱਥੇ ਦੇ ਜੋ ਲੇਖ ਨੇ ਉਹਨਾਂ ਨੂੰ ਉਗਾੜ ਲੈਣੇ ਹਨ ਜੋ ਮੱਥੇ ਦੇ ਵਿੱਚ ਸਾਡੇ ਜੋ ਰੱਖੀ ਗਈ ਹੈ ਬੁੱਧੀ ਅਕਲ ਉਹਦਾ ਇਸਤੇਮਾਲ ਕਰ ਲੈਣੇ ਆ ਪੂਰਬ ਲਿਖਤ ਲਲਾਟ ਉਹ ਜੋ ਪਹਿਲਾਂ ਹੀ ਲਿਖ ਕੇ ਸਾਡੇ ਰੱਬ ਨੇ ਸਾਡੇ ਅੰਦਰ ਰੱਖੀ ਹੋਈ ਹੈ ਪਰਮ ਪਰਸਗੁਰ ਭੇਟੀ ਹੈ ਜਦੋਂ ਅਸੀਂ ਉਹਦਾ ਇਸਤੇਮਾਲ ਕਰਦੇ ਹਾਂ ਪਰਮ ਪਰਸਗੁਰ ਭੇਟੀ ਹੈ ਪੂਰਵ ਲਿਖਤ ਲਲਾਟ ਜੋ ਸਾਡੇ ਜਨਮ ਦੇ ਨਾਲ ਹੀ ਉਹ ਜੋ ਸੋਚ ਹੈ ਜੋ ਬੁੱਧੀ ਹੈ ਜੋ ਅਕਲ ਹੈ ਉਹ ਰੱਖ ਕੇ ਭੇਜੀ ਹੈ ਰੱਬ ਨੇ ਜਦੋਂ ਉਹ ਜਾਗ ਪੈਂਦੀ ਹੈ ਜਦੋਂ ਅਸੀਂ ਉਹਨੂੰ ਜਗਾ ਲਈਏ ਪਰਮ ਪਰਸਗੁਰ ਭੇਟੀ ਹੈ ਪੂਰਵ ਲਿਖਤ ਲਿਖਤ ਲਟਾਟ ਤਾਂ ਫਿਰ ਕੀ ਹੁੰਦਾ ਹੈ ਜਦੋਂ ਅਸੀਂ ਉਸ ਉਸ ਨੂੰ ਬੁੱਧੀ ਰੂਪੀ ਤਤ ਨੂੰ ਜਗਾ ਲੈਨੇ ਹਾਂ ਆਪਣੇ ਮੱਥੇ ਦੇ ਉੱਤੇ ਭਾਰ ਦੇ ਕੇ ਉਹਨੂੰ ਜਗਾ ਲੈਨੇ ਆ ਸੋਚਣਾ ਸ਼ੁਰੂ ਕਰ ਦਿੰਨੇ ਆ ਤਾਂ ਫਿਰ ਕੀ ਹੁੰਦਾ ਹੈ ਉਨਮਨ ਮਨ ਮਨ ਹੀ ਮਿਲੇ ਛਟਕਤ ਬਜਰ ਕਪਾਟ ਫਿਰ ਹੁੰਦਾ ਹੈ ਉਨਮਨ ਮਨ ਉਹ ਜਾਗਿਆ ਹੋਇਆ ਜਿਹੜਾ ਮਨ ਹੈ ਉਹ ਫਿਰ ਅੰਦਰ ਨੂੰ ਜਦੋਂ ਜਾਂਦਾ ਹੈ ਉਨਮਨ ਮਨ ਜਾਗਿਆ ਹੋਇਆ ਮਨ ਦੇ ਅੰਦਰੋਂ ਤਾਂਗ ਪੈਂਦੀ ਪੈਦਾ ਹੁੰਦੀ ਹੈ ਅੰਦਰਲੇ ਮਨ ਨੂੰ ਮਿਲਣ ਦੀ ਅੰਦਰ ਜੋ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਹੈ ਉਹ ਜਾਗਿਆ ਹੋਇਆ ਮਨ ਫਿਰ ਉਧਰ ਨੂੰ ਤੁਰਦਾ ਹੈ ਉਹਦੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ ਜਦੋਂ ਉਹ ਉੱਥੇ ਪਹੁੰਚ ਜਾਂਦਾ ਹੈ ਜਾਗਿਆ ਹੋਇਆ ਮਨ ਜਦੋਂ ਅੰਦਰੇ ਮਨ ਦੇ ਨਾਲ ਇੱਕਮਿਕ ਹੋ ਜਾਂਦਾ ਹੈ ਤਾਂ ਛਟਕਤ ਬਜਰ ਕਪਾਟ ਜੋ ਸਾਡੇ ਬੁੱਧੀ ਦੇ ਦਰਵਾਜ਼ੇ ਅਕਲ ਦੇ ਦਰਵਾਜ਼ੇ ਖੁੱਲ ਜਾਂਦੇ ਹਨ ਉਨ ਮਨ 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 ਹੀ ਮਿਲੇ ਛੁਟਕਤ ਬਜਰ ਕਪਾਟ ਫਿਰ ਅੱਗੇ ਕੀ ਕਹਿੰਦੇ ਨੇ ਭਗਤ ਜੁਗਤ ਮਤ ਸਤ ਕਰੀ ਪ੍ਰਮ ਬੰਧਨ ਕਾਟ ਬਕਾਰ ਹੁਣ ਆਪਣੀ ਥਿਉਰੀ ਦੇ ਰਹੇ ਨੇ ਸਤਗੁਰੂ ਉਦਾਸ ਜੀ ਮਹਾਰਾਜ ਭਗਤ ਜੁਗਤ ਮਤ ਸਤ ਕਰੀ ਭਗਤੀ ਦੀ ਜੁਗਤੀ ਕੀ ਆ ਇਹ ਜਿਹੜੀ ਗੁਰਮਤ ਹੈ ਇਹ ਭਗਤੀ ਦੀ ਯੁਗਤੀ ਹੈ ਭਗਤ ਤੋਂ ਕੀ ਮਤਲਬ ਹੈ ਇਹ ਇੱਕ ਸੋਚਣ আর ਵਿਚਾਰਨ ਦੀ ਗੱਲ ਹੈ ਭਗਤ ਸ਼ਬਦ ਆਇਆ ਕਿੱਥੋਂ ਹੈ ਭਗਤ ਸ਼ਬਦ ਆਇਆ ਭਗਉਤੀ ਤੋਂ ਭਗਉਤੀ ਤੋਂ ਮਤਲਬ ਹੈ ਅਕਲ ਬੁੱਧੀ ਗਿਆਨ ਕਿਉਂਕਿ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਚੰਡੀ ਦੀ ਬਾਣੀ ਲਿਖਦੇ ਨੇ ਤਾਂ ਉਹ ਤੋਂ ਪਹਿਲਾਂ ਜਿਹੜੀ ਪੌੜੀ ਆਉਂਦੀ ਹੈ ਜਿਹੜੀ ਆਪਾਂ ਰੋਜ਼ ਅਰਦਾਸ ਕਰਦੇ ਹਾਂ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਆ ਪੌੜੀ ਉਹ ਪਹਿਲਾਂ ਲਿਖਦੇ ਨੇ ਜਦੋਂ ਚੰਡੀ ਦੀ ਬਾਣੀ ਲਿਖਦੇ ਨੇ ਕਿ ਜਿਸ ਤਰ੍ਹਾਂ ਗੁਰਨਾਨਕ ਨੇ ਬਾਬੇ ਨਾਨਕ ਨੇ ਬਾਣੀ ਲਿਖਣੀ ਸ਼ੁਰੂ ਕੀਤੀ ਬਾਣੀ ਵਿਚਾਰਨੀ ਸ਼ੁਰੂ ਕੀਤੀ ਤਾਂ ਪ੍ਰਥਮ ਪਗਉਤੀ ਨੂੰ ਸਿਮਰਿਆ ਅਕਲ ਨੂੰ ਬੁੱਧੀ ਨੂੰ ਜਿਹੜਾ ਪੰਜਵਾਂ ਤਤ ਪ੍ਰਮਾਤਮਾ ਨੇ ਸਾਡੇ ਅੰਦਰ ਰੱਖ ਕੇ ਭੇਜਿਆ ਹੈ ਪ੍ਰਥਮ ਪਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਲਈ ਨਹੀਂ ਇੱਥੇ ਅਸੀਂ ਲਈ ਸ਼ਬਦ ਬੋਲਦੇ ਹਾਂ ਪਰ ਇਹ ਲਈ ਆ ਉਸ ਨੂੰ ਧਿਆਇਆ ਭਗੋਤੀ ਨੂੰ ਜੋ ਅਕਲ ਜੀ ਬੁੱਧੀ ਹੈ ਦੇ ਜਿਹਨੂੰ ਅਸੀਂ ਅਕਲ ਦੀ ਦੇਵੀ ਵੀ ਕਹਿ ਸਕਦੇ ਹਾਂ ਉਹਦੀ ਆराधना ਕੀਤੀ ਉਹਨੂੰ ਯਾਦ ਕੀਤਾ ਪ੍ਰਥਮ ਭਗੋਤੀ ਸਿਮਰ ਕੇ ਗੁਰੂ ਨਾਨਕ ਲਈ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸੇ ਹੋਈ ਸਹਾਏ ਉਹੀ ਜਿਹੜੀ ਅਕਲ ਹੈ ਉਹੀ ਬੁੱਧੀ ਉਹੀ ਸਮਝ ਉਹੀ ਗਿਆਨ ਇਹਨਾਂ ਦੇ ਦੇ ਵੀ ਸਹਾਈ ਹੋਇਆ ਕਿਉਂਕਿ ਉਹਨਾਂ ਨੇ ਵੀ ਬਾਣੀ ਲਿਖਣੀ ਸੀ ਰਾਮਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਨੋ ਆ ਉਥੇ ਨੂ ਨਹੀਂ ਹੈਗਾ ਅਰਜਨ ਹਰਗੋਬਿੰਦ ਨੋ ਸਿਮਰੋ ਸਿਮਰੀ ਉਹਨਾਂ ਨੇ ਵੀ ਉਸ ਨੂੰ ਯਾਦ ਕੀਤਾ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਫਿਰ ਸ੍ਰੀ ਹਰ ਕ੍ਰਿਸ਼ਨ ਨੇ ਵੀ ਉਸੇ ਨੂੰ ਯਾਦ ਕੀਤਾ ਜਿਹੜੀ ਬੁੱਧੀ ਅਕਲ ਮਤ ਉਸੇ ਨੂੰ ਯਾਦ ਕੀਤਾ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਏ ਤੇਗ ਬਹਾਦਰ ਜੀ ਨੇ ਵੀ ਉਸੇ ਨੂੰ ਹੀ ਯਾਦ ਕੀਤਾ ਜਿਸ ਨੂੰ ਬਾਬੇ ਨਾਨਕ ਨੇ ਯਾਦ ਕੀਤਾ ਜਿਹਨੂੰ ਭਗਉਤੀ ਕਿਹਾ ਜਾਂਦਾ ਭਗਉਤੀ ਅਸਲ ਵਿੱਚ ਗਿਆਨ ਨੂੰ ਕਿਹਾ ਜਾਂਦਾ ਅਕਲ ਨੂੰ ਕਿਹਾ ਜਾਂਦਾ ਬੁੱਧੀ ਨੂੰ ਕਿਹਾ ਜਾਂਦਾ ਹੁਣ ਕਈ ਸਾਰੇ ਇਹਦਾ ਅਰਥ ਕਰਦੇ ਨੇ ਤਲਵਾਰ ਵੀ ਭਗਉਤੀ ਦਾ ਅਰਥ ਤਲਵਾਰ ਆ ਹੁਣ ਲਿਖਣ ਤਾਂ ਉਹ ਚੰਡੀ ਦੀ ਵਾਰ ਲੱਗੇ ਨੇ ਗੁਰੂ ਗੋਬਿੰਦ ਸਿੰਘ ਜੀ ਹੁਣ ਯਾਦ ਹੋ ਹੁਣ ਲਿਖਣੀ ਆ ਉਥੇ ਬਾਣੀ ਲਿਖਣੀ ਆ ਚੰਡੀ ਦੀ ਵਾਰ ਇੱਕ ਬਾਣੀ ਆ ਜਦੋਂ ਬਾਣੀ ਲਿਖਣੀ ਆ ਆਪਾਂ ਇਸਤੇਮਾਲ ਤਲਵਾਰ ਕਰਨੀ ਆ ਕਿ ਬੁੱਧੀ ਦੀ ਅਕਲ ਅਕਲ ਦਾ ਇਸਤੇਮਾਲ ਕਰਨਾ ਹੈ ਤੋ ਇਸੇ ਕਰਕੇ ਪਗਉਤੀ ਦਾ ਅਰਥ ਹੈ ਬੁੱਧੀ ਅਕਲ ਇਸੇ ਕਰਕੇ ਗੁਰੂ ਗੁਰੂ ਗੋਬਿੰਦ ਸਿੰਘ ਨੇ ਚੰਡੀ ਦੀ ਵਾਰ ਲਿਖਣ ਤੋਂ ਇਹ ਗੱਲ ਲੇਖੀ ਕਿ ਪ੍ਰਥਮ ਪਗਉਤੀ ਸਿਮਰ ਕੈ ਕਿ ਇਹ ਬਾਣੀ ਲਿਖਣ ਤੋਂ ਪਹਿਲਾਂ ਮੈਂ ਉਸ ਬੁੱਧੀ ਨੂੰ ਉਸ ਅਕਲ ਨੂੰ ਜਿਹੜੀ ਸਾਨੂੰ ਰੱਬ ਨੇ ਦੇ ਕੇ ਭੇਜਿਆ ਉਹਨੂੰ ਉਹਦਾ ਧਿਆਨ ਕੀਤਾ ਉਹਨੂੰ ਕੇ ਉਹਨੂੰ ਉਹਦਾ ਸਹਾਰਾ ਲਿਆ ਉਹਦੇ ਸਹਾਰੇ ਨਾਲ ਹੀ ਫਿਰ ਚੰਡੀ ਦੀ ਬਾਣੀ ਉਹਨਾਂ ਨੇ ਲਿਖੀ ਤੋਂ ਇੱਥੇ ਵੀ ਜਿਹੜਾ ਪਗਉਤੀ ਭਗਤ ਸ਼ਬਦ ਹੈ ਇਹ ਪਗਉਤੀ ਦੇ ਵਿੱਚੋਂ ਆਇਆ ਪਗ ਅਸਲ ਵਿੱਚ ਭਗਤ ਦਾ ਸਹੀ ਅਰਥ ਹੈ ਗਿਆਨੀ ਸੂਝਵਾਨ ਅਕਲਮੰਦ ਐ ਬਣਦਾ ਵਾ ਕਿਉਂਕਿ ਕਬੀਰ ਸਾਹਿਬ ਨੇ ਕਿਹਾ ਕਿ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੀਂ ਇਥੇ ਕਬੀਰ ਸਾਹਿਬ ਕਹਿੰਦੇ ਨੇ ਕਿ ਜਿਹੜਾ ਬ੍ਰਾਹਮਣ ਹੈ ਇਹ ਬੇਅਕਲਾਂ ਦਾ ਗੁਰੂ ਆ ਇਹ ਸਮਝਦਾਰਾਂ ਦਾ ਗੁਰੂ ਨਹੀਂ ਹੈ ਭਗਤਨ ਕਾ ਗੁਰ ਨਾਹੀਂ ਗਿਆਨੀਆਂ ਦਾ ਗੁਰੂ ਨਹੀਂ ਹੈ ਅਕਲਮੰਦਾਂ ਦਾ ਗੁਰੂ ਨਹੀਂ ਹੈ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੀਂ ਕਿਉਂਕਿ ਉਥੋਂ ਕੋਈ ਅਕਲ ਤਾਂ ਮਿਲਣੀ ਕੋਈ ਨਹੀਂ ਗਿਆਨ ਤਾਂ ਉਥੋਂ ਮਿਲਣਾ ਨਹੀਂ ਗਿਆਨਤਾ ਗੁਰੂ ਗ੍ਰੰਥ ਸਾਹਿਬ ਤੋਂ ਮਿਲਣਾ ਤੋਂ ਇਸੇ ਕਰਕੇ ਅੱਗੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਭਗਤ ਜੁਗਤ ਮਤ ਸਤ ਕਰੀ ਤੇ ਮੈਂ ਜਿਹੜੀ ਆਪਣੀ ਅਕਲ ਨੂੰ ਸੱਚੀ ਕਿਵੇਂ ਬਣਾਇਆ ਕਿਹੜੀ ᔪਕਤੀ ਵਰਤੀ ਅਕਲ ਦੀ ᔪਕਤੀ ਗਿਆਨ ਦੀ ᔪਕਤੀ ਦੇ ਰਾਹੀਂ ਮੈਂ ਅਕਲ ਨੂੰ ਆਪਣੀ ਅਕਲ ਨੂੰ ਪੱਕੀ ਕਰ ਲਿਆ ਆਪਣੀ ਅਕਲ ਨੂੰ ਸੱਚੀ ਕਰ ਲਿਆ ਭਗਤ ਜੁਗਤ ਮਤ ਸਤ ਕਰੀ ਹੁਣ ਅਕਾਲ ਪੁਰਖ ਵਾਹਿਗੁਰੂ ਰੱਬ ਨੂੰ ਮਿਲਣ ਦੇ ਲਈ ਕਿਹੜਾ ਤਰੀਕਾ ਸਤਗੁਰੂ ਰਬਦਾਸ ਜੀ ਨੇ ਅਪਣਾਇਆ ਇਹ ਧਿਆਨ ਦੇਣ ਦੀ ਗੱਲ ਆ ਤੇ ਸਾਨੂੰ ਕਿਹੜੇ ਤਰੀਕੇ ਦੱਸੇ ਜਾਂਦੇ ਨੇ ਸਤਗੁਰੂ ਰਬਦਾਸ ਜੀ ਨੇ ਆਪਣੀ ਜਿਹੜੀ ਮਤ ਹੈ ਅਕਲ ਹੈ ਉਹਦਾ ਇਸਤੇਮਾਲ ਕੀਤਾ ਭਗਤ ਜੁਗਤ ਅਕਲ ਦੀ ਜੁਗਤੀ ਵਰਤੀ ਸਮਝਦਾਰੀ ਦੀ ਗਿਆਨ ਦੀ ਜੁਗਤੀ ਵਰਤੀ ਭਗਤ ਜੁਗਤ ਮਤ ਸਤ ਕਰੀ ਤੇ ਅਸੀਂ ਕਿਉਂਕਿ ਇੱਥੇ ਇਹੀ ਫਰਕ ਹੈ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਇਹ ਗਿਆਨ ਗੁਰੂ ਆ ਜਿਹੜੀ ਗੁਰਮਤ ਹੈ ਇਹ ਗਿਆਨ ਦਾ ਸਹਾਰੇ ਚੱਲਦੀ ਹੈ ਇਹ ਗਿਆਨ ਨੂੰ ਆਪਣਾ ਆਧਾਰ ਮੰਨਦੀ ਹੈ ਤੋਂ ਕਿਉਂਕਿ ਇਸੇ ਕਰਕੇ ਹੀ ਸਾਡੇ ਜੋ ਲੋਕ ਨੇ ਜਾਂ ਇਸ ਦੇਸ਼ ਦੇ ਅੰਦਰ ਜੋ ਸ਼ੂਦਰ ਲੋਕ ਸੀ ਉਹਨਾਂ ਨੂੰ ਗਿਆਨ ਦੇ ਨਾਲੋਂ ਤੋੜ ਦਿੱਤਾ ਕਿਉਂਕਿ ਉਹਨਾਂ ਨੂੰ ਕਹ ਦਿੱਤਾ ਗਿਆ ਇਹਨਾਂ ਨੂੰ ਪੜ੍ਹਨ ਲਿਖਣ ਦਾ ਅਧਿਕਾਰ ਨਹੀਂ ਇਹ ਰੱਬ ਦਾ ਨਾਮ ਜਪ ਨਹੀਂ ਸਕਦੇ ਸੁਣ ਨਹੀਂ ਸਕਦੇ ਤੋ ਇਸੇ ਕਰਕੇ ਇਹ ਗਿਆਨ ਤੋਂ ਵਾਂਝੇ ਰਹਿ ਗਏ ਤੋ ਇਸੇ ਕਰਕੇ ਇਹ ਧਰਮ ਦੇ ਖੇਤਰ ਵਿੱਚ ਪਛੜ ਗਏ ਤੇ ਰੱਬ ਤੋਂ ਬਹੁਤ ਦੂਰ ਚਲੇ ਗਏ ਤੇ ਦੂਜਿਆਂ ਦੇ ਗੁਲਾਮ ਹੋ ਗਏ ਸਤਿਗੁਰੂ ਉਦਾਸ ਜੀ ਮਹਾਰਾ ਜੀ ਕਹਿੰਦੇ ਨੇ ਭਗਤ ਜੁਗਤ ਮਤ ਸਤ ਕਰੀ ਪਰਮ ਬੰਦਨ ਕਾਟ ਵਿਕਾਰ ਜਦੋਂ ਇਸ ਗਿਆਨ ਦੇ ਨੂੰ ਇਸਤੇਮਾਲ ਕਰਕੇ ਆਪਣੀ ਬੁੱਧੀ ਦਾ ਨੂੰ ਇਸਤੇਮਾਲ ਕਰਕੇ ਅਕਲ ਦਾ ਇਸਤੇਮਾਲ ਕਰਕੇ ਮੈਂ ਆਪਣੀ ਮਤ ਨੂੰ ਸੱਚੀ ਕਰ ਲਿਆ ਸੱਚ ਦੇ ਨਾਲ ਜੋੜ ਲਿਆ ਪਰਮ ਬੰਧਨ ਕਾਟ ਪਕਾਰ ਫਿਰ ਕੀ ਹੋਇਆ ਮੇਰੇ ਬਹਿਮ ਪਰਮ ਪਖੰਡ ਸਾਰੇ ਖਤਮ ਹੋ ਗਏ ਤੇ ਹੁਣ ਅਸੀਂ ਇਹ ਦੇਖਣਾ ਵੀ ਸਤਗੁਰੂ ਰਬਦਾਸ ਜੀ ਮਹਾਰਾਜ ਕਿਹੜਾ ਤਰੀਕਾ ਅਪਣਾਉਂਦੇ ਰੱਬ ਤੱਕ ਪਹੁੰਚਣ ਦਾ ਤੇ ਅਸੀਂ ਕਿਹੜੇ ਤਰੀਕੇ ਅਪਣਾਏ ਹੋਏ ਨੇ ਕਿਉਂਕਿ ਸਾਨੂੰ ਕੀ ਕਿਹਾ ਜਾਂਦਾ ਜਦੋਂ ਅਸੀਂ ਜਾਣੇ ਆ ਸਾਨੂੰ ਕਹਿੰਦੇ ਨੇ ਵੀ ਲਓ ਜੀ ਆਹ ਲਓ ਚਾਰ ਪੰਜ ਸ਼ਬਦ ਲੈ ਲਓ ਤੁਸੀਂ ਸਵੇਰ ਸ਼ਾਮ ਚੁੰਬਲਵਾਟਾ ਮਾਰ ਕੇ ਬੈਠਣਾ ਇਹਨਾਂ ਦਾ ਇਹਦਾ ਜਾਪ ਕਰਨਾ ਹੈ ਇਹਦਾ ਮਤਲਬ ਇਹ ਹੋ ਗਿਆ ਬਈ ਸਾਨੂੰ ਅਕਲ ਦੇ ਨਾਲ ਉਹ ਤਾਂ ਤੋੜ ਦਿੱਤਾ ਗਿਆ ਬਈ ਬਸ ਤੁਸੀਂ ਹੁਣ ਇੱਥੇ ਜੋਗੇ ਹੀ ਰਹਿ ਗਏ ਇਤੋਂ ਅੱਗੇ ਤੁਸੀਂ ਨਹੀਂ ਵਧਣਾ ਹੈਗਾ ਤੇ ਉਹਦੇ ਨਾਲ ਕੀ ਹੁੰਦਾ ਹੈ ਚਾਹੇ ਅਸੀਂ ਕਿਸੇ ਦੇਵੀ ਦੇ ਮੱਥਾ ਟੇਕਦੇ ਆ ਜਾਂ ਅਸੀਂ ਕਿਤੇ ਹੋਰ ਪੀਰਾਂ ਤੇ ਮੱਥਾ ਟੇਕਦੇ ਆ ਉੱਥੋਂ ਸਾਨੂੰ ਕੀ ਮਿਲਦਾ ਅਕਲ ਤਾਂ ਕੋਈ ਨਹੀਂ ਮਿਲਦੀ ਕਿਉਂਕਿ ਦੇਵੀ ਤਾਂ ਬੋਲਦੀ ਨਹੀਂ ਉਹ ਤਾਂ ਪੱਥਰ ਦੀ ਮੂਰਤੀ ਆ ਸਮਾਦ ਨਹੀਂ ਬੋਲਦੀ ਹੋਰ ਵੀ ਸਾਨੂੰ ਕਿਤੋਂ ਗਿਆਨ ਦੀ ਇਹ ਇਹ ਜਿਹੜੀਆਂ ਬਿੱਲੀਆਂ ਨੇ ਉੱਥੋਂ ਸਾਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਤੋ ਇਸੇ ਕਰਕੇ ਰੱਬ ਨੂੰ ਗਿਆਨ ਦੇ ਰਾਹੀਂ ਪਾਇਆ ਜਾਣਾ ਹੈ ਇਸੇ ਕਰਕੇ ਭਗਤ ਜੁਗਤ ਮਤ ਸਤ ਕਰੀ ਇੱਥੇ ਗਿਆਨ ਨੂੰ ਅਪਣਾਇਆ ਗਿਆ ਹੈ ਉਸ ਅਕਾਲ ਪੁਰਖ ਵਹਿਗੁਰੂ ਤੱਕ ਪਹੁੰਚਣ ਦਾ ਜੋ ਰਸਤਾ ਹੈ ਜੋ ਢੰਗ ਹੈ ਉਹ ਗਿਆਨ ਹੈ ਬੁੱਧੀ ਹੈ ਇਸੇ ਕਰਕੇ ਤਾਂ ਕਿਹਾ ਜਾਂਦਾ ਹੈ ਕਿ ਇੱਕ ਮਨੁੱਖਾ ਦੇਹੀ ਹੈ ਜਿਹਦੇ ਵਿੱਚ ਬੈਠ ਕੇ ਬੰਦਾ ਰੱਬ ਤੱਕ ਪਹੁੰਚ ਸਕਦਾ ਹੈ ਬੁੱਧੀ ਦੇ ਰਾਹੀਂ ਇੱਕ ਆਕਾਸ਼ ਤਤ ਹੈ ਜਿਹਦਾ ਇਸਤੇਮਾਲ ਕਰਕੇ ਬੰਦਾ ਰੱਬ ਤੱਕ ਪਹੁੰਚ ਸਕਦਾ ਹੈ ਹੋਰ ਸਾਰੀਆਂ ਜੁਨੀਆਂ ਵਿੱਚ ਇਹ ਸੰਭਵ ਨਹੀਂ ਹੈ ਤੋ ਇਹਦਾ ਮਤਲਬ ਰੱਬ ਨੂੰ ਪਾਉਣ ਦੀ ਜਿਹੜੀ ਵਿਧੀ ਹੈ ਜੋ ਰੱਬ ਨੇ ਸਾਨੂੰ ਬੁੱਧੀ ਦਾ ਆਕਾਸ਼ ਤਤ ਜਿਹੜਾ ਦਿੱਤਾ ਹੈ ਉਹਦਾ ਇਸਤੇਮਾਲ ਕਰਕੇ ਹੀ ਅਸੀਂ ਉਹਨੂੰ ਪਾ ਸਕਦੇ ਹਾਂ ਪਰ ਇੱਥੇ ਸਾਡੀ ਬੁੱਧੀ ਮਤ ਮਾਰੀ ਜਾ ਰਹੀ ਆ ਜੋ ਧਰਮ ਜੋ ਸਿਸਟਮ ਚੱਲ ਰਹੇ ਨੇ ਇਹ ਤਾਂ ਮਤ ਮਾਰਨ ਵਾਲੇ ਨੇ ਵੀ ਲਾਓ ਜੀ ਆ ਲਾਓ ਚਾਰ ਸ਼ਬਦ ਪੰਜ ਸ਼ਬਦ ਤੁਹਾਨੂੰ ਹੋਰ ਗੁਰੂ ਗ੍ਰੰਥ ਸਾਹਿਬ ਪੜਨ ਦੀ ਲੋੜ ਨਹੀਂ ਕਿਉਂ ਤੁਹਾਡੀ ਉੱਥੇ ਅਕਲ ਵੱਧ ਜੂਗੀ ਤੁਹਾਨੂੰ ਉੱਥੋਂ ਗਿਆਨ ਹਾਸਲ ਹੋ ਜਾਊਗਾ ਆ ਲਾਓ ਪੜੋ ਸਵੇਰ ਸ਼ਾਮ ਤੁਸੀਂ ਇਹਦਾ ਜਾਪ ਕਰਿਆ ਕਰੋ ਤੇ ਸਾਡੇ ਹੱਥਾਂ 'ਚ ਛੋਣ ਛੋਣੇ ਫੜਾਤੇ ਸਣਕਾਈ ਚੱਲੋ ਕਿਉਂਕਿ ਇਹ ਦਾ ਮਤਲਬ ਇਹ ਹੁੰਦਾ ਵਾ ਜਦੋਂ ਕੋਈ ਆਪਾਂ ਦੇਖਦੇ ਆਂ ਵੀ ਘਰਾਂ ਦੇ ਵਿੱਚ ਮਾਂ ਨੇ ਕੋਈ ਕੰਮ ਕਰਨਾ ਹੈ ਕੋਈ ਕੱਪੜੇ ਧੋਣੇ ਨੇ ਜਾਂ ਕੋਈ ਰਸੋਈ ਦਾ ਕੰਮ ਕਰਨਾ ਹੈ ਜੇ ਬੱਚਾ ਰੋਣ ਲੱਗ ਜਵੇ ਤਾਂ ਉਹ ਉਹ ਸੁਣਸਣੇ ਉਹਦੇ ਖਟਾਉਣੇ ਉਹਦੇ ਹੱਥ 'ਚ ਫੜਾ ਦਿੰਦੀ ਆ ਉਹਨਾਂ ਦੇ ਨਾਲ ਪਰਚ ਜਾਂਦਾ ਤੋ ਇਹੀ ਹਾਲ ਇਹ ਸਾਡੇ ਨਾਲ ਹੋ ਰਿਹਾ ਹੈ ਸਾਨੂੰ ਪਰਚਾਇਆ ਗਿਆ ਹੈ ਵੀ ਬਸ ਇਹ ਇੱਥੇ ਜੋਗੇ ਹੀ ਰਹਿਣ ਗੁਰੂ ਗ੍ਰੰਥ ਸਾਹਿਬ ਦਾ ਬਲ ਧਿਆਨ ਨਾ ਦੇਣ ਗੁਰੂ ਦੀ ਬਾਣੀ ਨੂੰ ਪੜਨ ਨਾ ਬਸ ਆ ਚਾਰ ਪੰਜ ਸ਼ਬਦਾਂ ਦੇ ਵਿੱਚ ਹੀ ਉਲਝੇ ਰਹਿਣ ਇਹਨਾਂ ਨੂੰ ਉਹ ਯੁਗਤੀ ਨਾ ਆ ਜਾਵੇ ਜਿਹੜੀ ਸਤਗੁਰੂ ਰਵਦਾਸ ਜੀ ਮਹਾਰਾਜ ਜੀ ਨੇ ਭਗਤ ਯੁਗਤ ਜਿਹੜੀ ਗਿਆਨ ਦੇ ਰਾਹੀਂ ਹਾਸਲ ਕੀਤੀ ਜੋ ਬੁੱਧੀ ਦੇ ਰਾਹੀਂ ਅਕਲ ਅਕਲ ਦੇ ਨਾਲ ਹਾਸਲ ਕੀਤੀ ਉਹ ਕਿਤੇ ਯੁਗਤੀ ਇਹਨਾਂ ਦੇ ਜੇ ਹੱਥ ਲੱਗੀ ਫਿਰ ਇਹ ਸਾਨੂੰ ਛੱਡ ਦੇਣਗੇ ਦੇਰਿਆਂ ਤੇ ਆਉਣਾ ਬੰਦ ਕਰ ਦੇਣਗੇ ਫਿਰ ਇਹ ਗੁਰੂ ਗ੍ਰੰਥ ਸਾਹਿਬ ਦੇ ਦਾ ਗਿਆਨ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਇਸ ਕਰਕੇ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਔਰ ਗੁਰੂ ਰਵਿਦਾਸ ਦੇ ਨਾਲੋਂ ਤੋੜਨ ਦੀਆਂ ਵਿਧੀਆਂ ਨੇ ਤੋਂ ਇਸ ਕਰਕੇ ਭਗਤ ਜਿਹੜਾ ਸ਼ਬਦ ਹੈ ਇਹ ਅਸਲ ਵਿੱਚ ਗਿਆਨੀ ਨੂੰ ਕਿਹਾ ਗਿਆ ਅਕਲਮੰਦ ਨੂੰ ਸੂਝਬਾਨ ਨੂੰ ਭਗਤ ਕਿਹਾ ਗਿਆ ਹੈ ਤੇ ਜੇ ਆਪਾਂ ਕਹੀਏ ਵੀ ਗੁਰੂ ਕਿਉਂ ਨੇ ਕਿਹਾ ਆਪਾਮ ਤੌਰ ਤੇ ਕਹਿੰਦੇ ਆ ਨਾ ਵੀ ਗੁਰੂ ਰਵਿਦਾਸ ਨੂੰ ਭਗਤ ਕਿਉਂ ਕਿਹਾ ਭਗਤ ਕਿਉਂ ਕਹਿੰਦੇ ਆ ਅਸਲ ਵਿੱਚ ਇਹ ਕੋਈ ਮਾੜਾ ਸ਼ਬਦ ਨਹੀਂ ਹੈਗਾ ਗੁਰੂ ਤਾਂ ਉਹਨਾਂ ਨੇ ਕਿਤੇ ਆਪਣੇ ਆਪ ਨੂੰ ਵੀ ਨਹੀਂ ਕਿਹਾ ਹੈ ਗੁਰ ਰਬਦਾ ਜੀ ਨੂੰ ਕਬੀਰ ਜੀ ਨੂੰ ਨਾਮਦੇਵ ਜੀ ਨੂੰ ਜਦੋਂ ਉਹਨਾਂ ਦੀ ਬਾਣੀ ਆਉਂਦੀ ਆ ਉਹ ਕਹਿੰਦੇ ਨੇ ਬਾਣੀ ਭਗਤ ਰਬਦਾਸ ਜੀ ਉਹ ਕੀ ਬਾਣੀ ਭਗਤ ਕਬੀਰ ਜੀ ਉਹ ਕੀ ਪਰ ਆਪਣੀ ਜਦੋਂ ਉਹਨਾਂ ਦੀ ਆਪਣੀ ਬਾਣੀ ਆਉਂਦੀ ਆ ਫਿਰ ਉਹ ਕਹਿੰਦੇ ਨੇ ਮਹੱਲਾ ਸ਼ਲੋਕ ਮਹੱਲਾ ਪਹਿਲਾ ਮਹੱਲੇ ਦਾ ਮਤਲਬ ਆਮ ਸੁਧਾਰਨ ਬੰਦਾ ਵੀ ਅਸੀਂ ਤਾਂ ਇਹ ਇੱਕ ਸੁਧਾਰਨ ਬੰਦੇ ਆ ਸ਼ਲੋਕ ਮਹੱਲਾ ਦੂਜਾ ਵਿਅਕਤੀ ਮਹੱਲੇ ਤੋਂ ਮਤਲਬ ਵਿਅਕਤੀ ਅਸੀਂ ਆਮ ਵਿਅਕਤੀ ਆਮ ਬੰਦਾ ਆਪਣੇ ਆਪ ਨੂੰ ਆਮ ਬੰਦਿਆਂ ਚ ਰੱਖ ਰਹੇ ਨੇ ਪਰ ਭਗਤਾਂ ਨੂੰ ਗਿਆਨੀਆਂ ਦੇ ਵਿੱਚ ਰੱਖ ਰਹੇ ਨੇ ਸੂ ਜਵਾਨਾਂ ਦੇ ਵਿੱਚ ਰੱਖ ਰਹੇ ਨੇ ਅਕਲਮੰਦਾਂ ਦੇ ਵਿੱਚ ਰੱਖ ਰਹੇ ਨੇ ਗੁਰੂ ਤਾਂ ਕਿਤੇ ਵੀ ਨਹੀਂ ਲਿਖਿਆ ਹੈ ਨਾ ਉਹਨਾਂ ਨੇ ਆਪਣੇ ਆਪ ਨੂੰ ਲਿਖਿਆ ਨਾ ਕਿਸੇ ਹੋਰ ਨੂੰ ਲਿਖਿਆ ਸੋ ਇਸੇ ਕਰਕੇ ਭਗਤ ਸ਼ਬਦ ਬਹੁਤ ਵੱਡਾ ਵਧੀਆ ਸ਼ਬਦ ਉਹਨਾਂ ਨੇ ਵਰਤਿਆ ਮਾੜਾ ਨਹੀਂ ਹੈ ਇਹ ਇਹ ਤਾਂ ਉਹਨਾਂ ਆਪਣੇ ਨਾਲੋਂ ਵੀ ਉੱਪਰ ਰੱਖਿਆ ਭਗਤਾਂ ਨੂੰ ਆਪਣੇ ਨਾਲ ਉੱਪਰ ਦਰਜਾ ਦਿੱਤਾ ਉਹਨਾਂ ਨੇ ਆਪਣੇ ਆਪ ਨੂੰ ਇੱਕ ਆਮ ਵਿਅਕਤੀ ਇੱਕ ਸੁਧਾਰਨ ਬੰਦਾ ਲਿਖਿਆ ਤੇ ਉਹਨਾਂ ਨੂੰ ਗਿਆਨੀ ਲਿਖਿਆ ਭਗਤ ਲਿਖਿਆ ਸੂਝਵਾਨ ਅਕਲਮੰਦ ਲਿਖਿਆ ਹੈ ਇਸ ਕਰਕੇ ਸਤਗੁਰੂ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਭਗਤ ਜੁਗਤ ਮਤ ਸਤ ਕਰੀ ਕਿ ਗਿਆਨ ਦੀ ᔪਗਤੀ ਰਾਹੀ ਬੁੱਧੀ ਦੀ ᔪਗਤੀ ਰਾਹੀ ਅਕਲ ਦੀ ᔪਗਤੀ ਰਾਹੀ ਮੈਂ ਆਪਣੀ ਜਿਹੜੀ ਮਤ ਹੈ ਉਨੂੰ ਸੱਚੀ ਕਰ ਲਿਆ ਉੱਚੀ ਕਰ ਲਿਆ ਪਵਿੱਤਰ ਕਰ ਲਿਆ ਭਗਤ ਮਤ ਜੋਗਤ ਮਤ ਸਤ ਕਰੀ ਭ੍ਰਮ ਬੰਧਨ ਕਾਟ ਵਿਕਾਰ ਐ ਜੁਗਤੀ ਦੇ ਨਾਲ ਅਕਲ ਦੀ ਜੁਗਤੀ ਗਿਆਨ ਦੀ ਜੁਗਤੀ ਵਰਤ ਕੇ ਮੈਂ ਆਪਣੇ ਅੰਦਰੋਂ ਵਿਕਾਰਾਂ ਨੂੰ ਨਸ਼ਟ ਕੀਤਾ ਜਿਹੜੇ ਮੇਰੇ ਅੰਦਰ ਔਗਣ ਸੀਗੇ ਇਸ ਕਰਕੇ ਜਿਹੜੇ ਔਗਣ ਨੇ ਜਿਹੜੇ ਵਿਕਾਰ ਨੇ ਇਹਦਾ ਮਤਲਬ ਇਹ ਹੈ ਕਿ ਜਿਹੜੇ ਸਾਨੂੰ ਮੰਤਰ ਜਾਪ ਦੇ ਦਿੰਦੇ ਨੇ ਵੀ ਲਾਈਵ ਜੀ ਜਾਪ ਕਰਿਆ ਕਰੋ ਜਾਂ ਦੇਵੀਆਂ ਦੇ ਜਾ ਕੇ ਅਸੀਂ ਜਿਹੜੇ ਮੱਥੇ ਟੇਕਦੇ ਆਂ ਜਾਂ ਜਿੱਥੇ ਅਸੀਂ ਪੀਰਾਂ ਦੀ ਜਗ੍ਹਾ ਤੇ ਮੱਥੇ ਟੇਕਦੇ ਆਂ ਹੋਰ ਅਸੀਂ ਪੀਰ ਨਗਾਹੇ ਲਾਲਾਂ ਵਾਲੇ ਜਾਂ ਹੋਰ ਜਾਂ ਥਾਵਾਂ ਤੇ ਜਦੋਂ ਅਸੀਂ ਉੱਥੇ ਮੱਥੇ ਟੇਕਦੇ ਆਂ ਉਸ ਵਿਧੀ ਦੇ ਨਾਲ ਸਾਡੇ ਅੰਦਰੋਂ ਔਗਲ ਨਹੀਂ ਮਿਟਦੇ ਵਿਕਾਰ ਨਹੀਂ ਖਤਮ ਹੁੰਦੇ ਅਸੀਂ ਜਿਹੋ ਜਿਹੇ ਹੈਗੇ ਆ ਉਹੇ ਜਿਹੇ ਦੇ ਹੀ ਚਾਹੇ ਕੋਈ ਚੋਰ ਹੈ ਚਾਹੇ ਕੋਈ ਠੱਗਾ ਹੈ ਜਿਹੋ ਜਿਹਾ ਵੀ ਹੈ ਉਹ ਹੈ ਜਿਹਾ ਹੀ ਬਣਿਆ ਰਹਿੰਦਾ ਹੈ ਅਸੀਂ ਆਮ ਤੌਰ ਤੇ ਦੇਖਦੇ ਹਾਂ ਜਿਹੜੇ ਲੋਕ ਕਹਿੰਦੇ ਨੇ ਵੀ ਮੈਂ ਨਾਮਦਾਨ ਲਿਆ ਹੋਇਆ ਹੈ ਔਰ ਨਾਮਦਾਨ ਲੈ ਕੇ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਹੰਕਾਰੀ ਹੋ ਜਾਂਦੇ ਨੇ ਉਹਨਾਂ ਦੀ ਆਕੜ 'ਚ ਹੋਰ ਵੀ ਨਾਉ ਨਹੀਂ ਖੁੱਪਦਾ ਹੈਗਾ ਪਹਿਲਾਂ ਜੇ ਉਹਨਾਂ ਦਾ ਜਿਹੜਾ ਸੁਭਾਅ ਵਧੀਆ ਹੁੰਦਾ ਲੇਕਿਨ ਉਦੋਂ ਬਾਅਦ ਉਦੋਂ ਬਾਅਦ ਤਾਂ ਕਹਿੰਦੇ ਨੇ ਜੀ ਸਾਡੇ ਨਾਲ ਗੱਲ ਨਾ ਕਰੋ ਅਸੀਂ ਤਾਂ ਬਸ ਉੱਥੇ ਅਸੀਂ ਤਾਂ ਅਸੀਂ ਉੱਥੇ ਲੱਗੇ ਹੋਏ ਹਾਂ ਅਸੀਂ ਹੋਰ ਕੋਈ ਗੱਲ ਨਹੀਂ ਤੁਹਾਡੀ ਸੁਣਨੀ ਉਹਨਾਂ ਨੂੰ ਕਹੋ ਜੇ ਅਸੀਂ ਕਹੀਏ ਵੀ ਆਓ ਆਪਾਂ ਜਾ ਮੀਟਿੰਗਾਂ ਤੇ ਚੱਲੀਏ ਆਉ ਆਪਾ ਕੇਡਰ ਕੈਂਪ ਸੁਣੀਏ ਡਾਕਟਰ ਮੇਟਕਾਰਜੀ ਦੇ ਵਿਚਾਰ ਸੁਣੀਏ ਨਾ ਜੀ ਨਾ ਅਸੀਂ ਤਾਂ ਬਸ ਹੁਣ ਉਹ ਉਹਨਾਂ ਦੇ ਹੀ ਹੋਏ ਹੋਏ ਆ ਅਸੀਂ ਇਹਨਾਂ ਗੱਲਾਂ ਤੋਂ ਕੀ ਲੈਣਾ ਹਾਂ ਤੋ ਇਸੇ ਕਰਕੇ ਹੀ ਰਾਜ ਭਾਗ ਨਹੀਂ ਆ ਰਿਹਾ ਸਭ ਤੋਂ ਵੱਡਾ ਅੜਿਕਾ ਇਹ ਚੀਜ਼ ਆ ਜਿਹੜਾ ਸਾਨੂੰ ਬੇਅਕਲ ਬਣਾ ਦਿੱਤਾ ਗਿਆ ਇਹਨਾਂ ਨੇ ਸਾਡੀ ਬੁੱਧੀ ਨੂੰ ਰੋਕ ਲਾ ਦਿੱਤੀ ਤੇ ਸਾਨੂੰ ਸਿਰਫ ਆਪਣੇ ਜੋਗੇ ਰੱਖ ਲਿਆ ਤੇ ਆਪਣੇ ਜੋਗੇ ਵੀ ਇਦਾਂ ਰੱਖ ਲਿਆ ਕਿ ਓਹ ਹੋ ਹੋਰ ਕੋਈ ਕਿਸੇ ਪਾਸੇ ਉਹ ਸਾਨੂੰ ਉਹਨਾਂ ਨੇ ਜਾਣ ਜੋਗੇ ਨਹੀਂ ਛੱਡਿਆ। ਤੋਂ ਇਸ ਕਰਕੇ ਜਿੰਨੀ ਦੇਰ ਆ ਸਮੱਸਿਆ ਹੱਲ ਨਹੀਂ ਹੁੰਦੀ ਸਾਡੇ ਅੰਦਰ ਗਿਆਨ ਜਿਹੜੀ ਜਿਹੜੀ ਯੁਗਤੀ ਸਤਿਗੁਰੂ ਉਦਾਸ ਜੀ ਮਹਾਰਾਜ ਜੀ ਨੇ ਗਿਆਨ ਦੀ ਯੁਗਤੀ ਦੱਸੀ ਆ ਅਕਲ ਦੀ ਯੁਗਤੀ ਬੁੱਧੀ ਦੀ ਯੁਗਤੀ ਨਹੀਂ ਪ੍ਰਗਟ ਹੁੰਦੀ ਜਿੰਨਾ ਚਿਰ ਅਸੀਂ ਇਹ ਸਮਾਜ ਦੇ ਵਿੱਚ ਨਹੀਂ ਲਿਆਉਂਦੇ ਉਨੀ ਦੇਰ ਕੁਝ ਵੀ ਹੋਣਾ ਨਹੀਂ ਹੈ। ਰਾਜ ਭਾਗ ਆਉਣ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਇਹ ਚੀਜ਼ਾਂ ਨੇ ਜਿਹੜਾ ਸਾਨੂੰ ਬੁੱਧੀਹੀਣ ਕੀਤਾ ਜਾ ਰਿਹਾ ਹੈ ਚਾਰ ਚਾਰ ਪੰਜ ਪੰਜ ਸ਼ਬਦ ਦੇ ਕੇ ਵੀ ਬਸ ਇੱਥੇ ਟੱਕੇ ਟੱਕੇ ਟਕੇ ਹੋ ਜੋ ਮਥੇ ਟਕਾਏ ਰਹੇ ਜਾ ਰਹੇ ਨੇ ਇਹ ਬੁੱਧੀਹੀਣ ਕਰਨ ਦੀਆਂ ਤਰਤੀਬਾਂ ਨੇ ਤੋਂ ਇਸ ਤਰ੍ਹਾਂ ਜੇਕਰ ਅਸੀਂ ਮੰਨ ਲੈਨੇ ਆ ਇਹੋ ਜੇ ਮਨੁੱਖ ਜੇ ਰਾਜਪਾਗ ਲੈ ਵੀ ਆਉਣਗੇ ਕਰਨਗੇ ਕੀ ਕੁਛ ਨਹੀਂ ਕਰ ਸਕਦੇ ਉਹ ਥੋੜਾ ਜਿਲੇ ਚੱਲੂਗਾ ਤੋਂ ਇਸ ਕਰਕੇ ਪਹਿਲਾਂ ਸਮਾਜ ਨੂੰ ਬਦਲਣਾ ਹੋਊਗਾ ਗਿਆਨ ਬਿਆਨ ਬਣਾਉਣਾ ਹੋਊਗਾ ਅਕਲਮੰਦ ਬਣਾਉਣਾ ਹੋਊਗਾ ਸੂਝਬਾਨ ਬਣਾਉਣਾ ਹੋਊਗਾ ਜਿਵੇਂ ਰਬਦਾਸ ਜੀ ਮਹਾਰਾਜ ਜੀ ਨੇ ਕਿਹਾ ਵੀ ਜਦੋਂ ਮੈਂ ਅਕਲ ਦੀ ᔪਗਤੀ ਵਰਤੀ ਭਗਤ ਜੋਗਤ ਮਤ ਸਤ ਕਰੀ ਤਾਂ ਮੇਰੀ ਮਤ ਉੱਚੀ ਹੋ ਗਈ ਤੇ ਮੇਰੇ ਅੰਦਰੋਂ ਵਿਕਾਰ ਮਿਟ ਗਏ ਜਿਹੜਾ ਮੈਂ ਫਸਿਆ ਹੋਇਆ ਸੀ ਨਾ ਲੋਭ ਮੋਹ ਹੰਕਾਰ ਦੇ ਵਿੱਚ ਉਹ ਸਾਰੇ ਖਤਮ ਹੋ ਗਏ ਮਤ ਸਤ ਕਰੀ ਭ੍ਰਮਵੰਦਨ ਕਾਟ ਵਿਕਾਰ ਮੇਰੇ ਅੰਦਰੋਂ ਬਹਿਮ ਭਰਮ ਅਕਲ ਦੇ ਨਾਲ ਖਤਮ ਹੋਣੇ ਨੇ ਜਿਹੜੇ ਸਾਡੇ ਅੰਦਰ ਸਮਾਜ ਦੇ ਵਿੱਚ ਵਹਿਮ ਭਰਮ ਪਾਏ ਹੋਏ ਨੇ ਨਾ ਇਹ ਅਕਲ ਨਾਲ ਮੱਥੇ ਟੇਕਿਆਂ ਨਾਲ ਨਹੀਂ ਪਾਠ ਕੀਤਿਆਂ ਨਾਲ ਨਹੀਂ ਹੋਣੇ ਜਾਂ ਸਮਾਧੀਆਂ ਨਾਲ ਨਾਲ ਨਹੀਂ ਹੋਣੇ ਹੈਗੇ ਇਹ ਉਹ ਇਹਦੀ ਯੋਗਤੀ ਇੱਕੋ ਹੀ ਆ ਅਕਲ ਭਗਤ ਯੋਗਤ ਮਤ ਸਤ ਕਰੀ ਪਰਮ ਵੰਦਨ ਕਾਟ ਬਕਾਰ ਸੋਈ ਬਸ ਰਸ ਮਨ ਮਿਲੇ ਗੁਣ ਨਿਰਗੁਣ ਇਕ ਵਿਚਾਰ ਉਹ ਉਹ ਫਿਰ ਜਦੋਂ ਉਹ ਗਿਆਨ ਬਸ ਜਾਂਦਾ ਹੈ ਬੰਦੇ ਦੇ ਅੰਦਰ ਸੋਈ ਬਸ ਰਸ ਮਨ ਮਿਲੇ ਉਥੋਂ ਜਿਹੜਾ ਆਨੰਦ ਆਉਂਦਾ ਹੈ ਮਿਲ ਮਿਲੇ ਗੁਣ ਨਿਰਗੁਣ ਇੱਕ ਵਿਚਾਰ ਜਦੋਂ ਇਹ ਉਹ ਨਿਰਗੁਣ ਹੈ ਜੋ ਅਕਾਲ ਪੁਰਖ ਵੈਗਰੂ ਨਿਰਗੁਣਾ ਕਿਉਂਕਿ ਦੋ ਤਰ੍ਹਾਂ ਦੇ ਉਹਦੇ ਸਰੂਪ ਦੱਸੇ ਗਏ ਨੇ ਨਿਰਗੁਣ ਤੇ ਸਰਗੁਣ ਉਹ ਨਿਰਗੁਣ ਹੈ ਨਿਰਕਾਰ ਨਿਰਾਕਾਰ ਹੈ ਉਹਦਾ ਕੋਈ ਆਕਾਰ ਨਹੀਂ ਹੈ ਰਬ ਦਾ ਇੱਥੇ ਵੀ ਉਹਨੂੰ ਸਤਿਗੁਰੂ ਬਾਬਾ ਜੀ ਮਹਾਰਾਜ ਨਿਰਗੁਣ ਕਹਿ ਰਹੇ ਹਨ ਜਦੋਂ ਉਹ ਨਿਰਗੁਣ ਦੇ ਗੁਣਾ ਦਾ ਅਸੀਂ ਵਿਖਿਆਨ ਕਰਨ ਲੱਗ ਜਾਨੇ ਹਾਂ ਗੁਣ ਨਿਰਗੁਣ ਇੱਕ ਵਿਚਾਰ ਜਦੋਂ ਅਸੀਂ ਉਹਦੇ ਗੁਣਾ ਦਾ ਵਿਚਾਰ ਕਰਦੇ ਹਾਂ ਜੋ ਨਿਰਗੁਣ ਹੈ ਫਿਰ ਇਹ ਜਿਹੜੇ ਸਾਰੇ ਬੰਧਨ ਨੇ ਬਹਿਮ ਭਰਮ ਪਖੰਡ ਸਾਰੇ ਖਤਮ ਹੋ ਜਾਂਦੇ ਨੇ ਕਿਉਂਕਿ ਪਿਛਲੀ ਵਿਚਾਰ ਦੇ ਵਿੱਚ ਵੀ ਇਹ ਕਿਹਾ ਸੀ ਕਿ ਜਿਹੜਾ ਸਾਡਾ ਪਿਆਰ ਹੈ ਦੁਨੀਆ ਦੇ ਨਾਲ ਸੰਸਾਰ ਦੇ ਨਾਲ ਇਹ ਸੱਚਾ ਪਿਆਰ ਨਹੀਂ ਹੈ ਕਿਉਂਕਿ ਇਹ ਸਾਡਾ ਇੱਕ ਸੰਜੋਗਾ ਸੰਜੋਗ ਸੀਗੇ ਸਾਡੇ ਮਿਲ ਗਏ ਕੋਈ ਸਾਡਾ ਮਾਂ ਬਣ ਗਿਆ ਬਣ ਗਈ ਕੋਈ ਬਾਪ ਬਣ ਗਿਆ ਕੋਈ ਭੈਣ ਬਣ ਗਿਆ ਕੋਈ ਭਰਾ ਬਣ ਗਿਆ ਕੋਈ ਰਿਸ਼ਤੇਦਾਰ ਬਣ ਗਿਆ ਇਹ ਸਦਾ ਪੱਕੇ ਨਹੀਂ ਹੈ ਇਹ ਧੁਰੋਂ ਨਹੀਂ ਚੱਲੇ ਆ ਰਹੇ ਪਿੱਛੇ ਉਹ ਨਹੀਂ ਸਾਡੇ ਰਿਸ਼ਤੇ ਬਣੇ ਹੋਏ ਇਹ ਟੈਂਪਰੇਰੀ ਨੇ ਇਹ ਇਸ ਜਨਮ 'ਚ ਬਣ ਗਏ ਅਗਾ ਫੇਰ ਪਤਾ ਨਹੀਂ ਬਣਨੇ ਨੇ ਕਿ ਨਹੀਂ ਬਣਨੇ ਕੋਈ ਨਵੇਂ ਪੜ ਲੈਣੇ ਨੇ ਅਸੀਂ ਤੋ ਇਸ ਕਰਕੇ ਕੱਚੇ ਨੇ ਅਸਲ ਰਿਸ਼ਤਾ ਜਿਹੜਾ ਸਾਡਾ ਹੈ ਉਹ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦੇ ਨਾਲ ਹੈ ਗੁਣ ਨਿਰਗੁਣ ਇੱਕ ਵਿਚਾਰ ਉਹ ਨਿਰਗੁਣ ਗੁਰੂ ਦੇ ਦੇ ਗੁਣਾ ਦਾ ਵਿਚਾਰ ਵਿਚਾਰ ਕਰਨੀ ਉਹਨਾਂ ਨੂੰ ਮੰਨਣਾ ਉਹਨਾਂ ਨੂੰ ਸਮਝਣਾ ਕਿ ਹੀ ਸਾਡੇ ਅੰਦਰ ਆਨੰਦ ਆ ਸਕਦਾ ਹੈ ਸੁਖ ਵਾ ਸਕਦਾ ਹੈ ਤੋ ਇਸ ਤਰ੍ਹਾਂ ਉਹਦੇ ਜਿਹੜੇ ਜਿਹੜਾ ਸਾਡਾ ਅਸਲ ਪਿਤਾ ਹੈ ਜਿਹੜਾ ਸ਼ੁਰੂ ਤੋਂ ਹੀ ਜਿਹੜਾ ਹਮੇਸ਼ਾ ਸਾਡੇ ਨਾਲ ਚੱਲਿਆ ਆ ਰਿਹਾ ਸਾਰੀਆਂ ਜੂਨਾ ਚ ਉਹ ਸਾਡੇ ਨਾਲ ਹੈ ਅੱਗੇ ਜਦੋਂ ਅਸੀਂ ਫੇਰ ਵਧਣਾ ਹੈ ਆ ਜੀਵਨ ਖਤਮ ਕਰਕੇ ਉਦੋਂ ਵੀ ਉਹ ਸਾਡੇ ਨਾਲ ਹੋ ਸਾਡੇ ਨਾਲ ਆ ਰਿਸ਼ਤੇਦਾਰ ਤਾਂ ਹੁਣੇ ਨਹੀਂ ਹੁਣ ਵਾਲੇ ਤਾਂ ਸਾਰੇ ਰਿਸ਼ਤੇਦਾਰ ਸਾਰੇ ਇੱਥੇ ਹੀ ਰਹਿ ਜਾਣੇ ਖਤਮ ਹੋ ਜਾਣੇ ਨੇ ਲੇਕਿਨ ਉਹ ਪਿੱਛੋਂ ਵੀ ਚੱਲਿਆ ਆ ਰਿਹਾ ਹੈ ਹੁਣ ਵੀ ਸਾਡੇ ਨਾਲ ਹੈ ਅੱਗੇ ਵੀ ਸਾਡੇ ਨਾਲ ਰਹੇ ਹੈ ਉਹ ਹੈ ਅਕਾਲ ਪੁਰਖ ਵੈਗਰੂ ਪਰਮੇਸ਼ਰ ਅਸਲ ਪਿਤਾ ਸਾਡਾ ਉਹ ਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਭਰਾਤਾ ਜਿਹੜੇ ਲੋਕ ਉਹਦੇ ਨਾਲ ਜੁੜ ਜਾਂਦੇ ਨੇ ਉਸ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਨੂੰ ਆਪਣਾ ਪਿਤਾ ਮੰਨ ਲੈਂਦੇ ਨੇ ਉਹੀ ਲੋਕ ਸੰਸਾਰੀ ਮਾਤਾ ਪਿਤਾ ਦੀ ਸਹੀ ਸੇਵਾ ਕਰ ਸਕਦੇ ਨੇ ਉਹੀ ਲੋਕ ਅਸਲ ਵਿੱਚ ਉਹੀ ਲੋਕ ਸਹੀ ਰਿਸ਼ਤੇਦਾਰੀਆਂ ਨਿਭਾ ਸਕਦੇ ਨੇ ਆ ਜਿਹੜੇ ਇੱਥੇ ਤੁਰੇ ਫਿਰਦੇ ਨੇ ਉੱਥੇ-ਉੱਥੇ ਮੱਥੇ ਟੇਕਦੇ ਇਹ ਰਿਸ਼ਤੇਦਾਰੀਆਂ ਸਹੀ ਨਹੀਂ ਨਿਭਾਉਂਦੇ ਹੈਗੇ ਇਹਨਾਂ ਦੇ ਘਰਾਂ 'ਚ ਦੇਖੋ ਕਿੰਨੇ ਕਲੇਸ਼ ਪਏ ਹੋਏ ਨੇ ਇਨਾਂ ਦੇ ਘਰਾਂ ਤੋਂ ਵਿੱਚੋਂ ਕਲੇਸ਼ ਨਹੀਂ ਮਿਟਦੇ ਕਲੇਸ਼ ਉਹਨਾਂ ਦੇ ਘਰਾਂ ਚੋਂ ਮਟਣਗੇ ਜਿਹੜੇ ਅਕਾਲ ਪੁਰਖ ਵੈਗਰੂ ਪਰਮੇਸ਼ਰ ਦੇ ਗੁਣਾਂ ਨੂੰ ਸਮਝ ਗਏ ਜਿਨ੍ਹਾਂ ਨੇ ਉਸ ਨੂੰ ਆਪਣਾ ਮਾਤਾ ਪਿਤਾ ਸਮਝ ਲਿਆ ਉੱਥੇ ਪਹੁੰਚਿਆ ਹੋਇਆ ਮਨੁੱਖ ਨੂੰ ਹੀ ਐ ਸੰਸਾਰ ਦੇ ਵਿੱਚ ਵਿਚਰਣ ਦੀ ਰਹਿਣ ਦੀ ਅਕਲ ਆਉਂਦੀ ਹੈ ਉਹਨੂੰ ਉਹਨੂੰ ਉਹ ਉਹਦੇ ਮਨ ਦੇ ਵਿੱਚ ਜਿੰਨਾ ਪਿਆਰ ਐ ਸੰਸਾਰ ਦੇ ਲੋਕਾਂ ਵਿੱਚ ਆਉਂਦਾ ਉਹਨਾਂ ਆ ਜਿਹੜੇ ਇੱਥੇ ਇਸ ਤਰ੍ਹਾਂ ਤੁਰੇ ਫਿਰਦੇ ਨੇ ਮੱਥੇ ਟੇਕਦੇ ਉਹਨਾਂ ਦੇ ਮਨਾਂ 'ਚ ਨਹੀਂ ਹੁੰਦਾ ਹੈ। ਤੋਂ ਇਸ ਕਰਕੇ ਸਤਿਗੁਰੂ ਰਾਜ ਜੀ ਮਹਾਰਾਜ ਜੀ ਨੇ ਕਿਹਾ ਭਾਗਤ ਜੋਗਤ ਮਤ ਸਤ ਕਰੀ ਭ੍ਰਮ ਬੰਧਨ ਕਾਟ ਵਿਕਾਰ ਇਸ ਤਰੀਕੇ ਦੇ ਨਾਲ ਅਕਲ ਦੀ ਨੂੰ ਇਸਤੇਮਾਲ ਕਰਕੇ ਬੁੱਧੀ ਨੂੰ ਗਿਆਨ ਦੇ ਰਾਹੀ ਮੈਂ ਆਪਣੇ ਅੰਦਰੋਂ ਇਹ ਬ੍ਰਹਿਮ ਭਰਮ ਪਖੰਡ ਤੇ ਵਿਕਾਰਾਂ ਦਾ ਨਾਸ਼ ਕਰ ਲਿਆ ਹੈ। सोई बस रास मन मिले गुण निरगुण एक विचार अनक जतन ने गरे किए टारी न टरे प्रमफास प्रेम भक्त नहीं उपजे ताते रविदास अदास मैं बड़े जतन कीते अपने अंदरों जीड़ी ਪਰਮ ਬਹਿਮਾ ਭਰਮਾਂ ਦੀ ਮੇਰੇ ਗਲੇ ਦੇ ਵਿੱਚ ਫਾਸ ਪਈ ਹੋਈ ਸੀ ਫਾਂਸੀ ਪਈ ਹੋਈ ਸੀ ਜੰਜੀਰਾਂ ਨਾਲ ਮੈਂ ਜਿਹੜੀਆਂ ਜਕੜਿਆ ਹੋਇਆ ਸੀ ਬਹਿਮਾ ਭਰਮਾਂ ਦੀ ਉਹ ਜੰਜੀਰਾ ਦੇ ਨਾਲ ਉਹਨਾਂ ਨੂੰ ਗੜੋਂ ਲਾਉਣ ਦੇ ਮੈਂ ਬੜੇ ਯਤਨ ਕੀਤੇ ਜੋ ਇਹਨਾਂ ਨੇ ਦੱਸੇ ਮੈਨੂੰ ਪਰ ਮੇਰੇ ਅੰਦਰੋਂ ਉਹ ਬਹਿਮ ਭਰਮ ਪਖੰਡ ਨਹੀਂ ਨਿਕਲੇ ਮੇਰੇ ਮਨ ਦੀ ਤਸੱਲੀ ਨਹੀਂ ਹੋਈ ਅਨਕ ਯਤਨ ਨੇ ਗਰੇ ਕੀਏ ਟਾਰੀ ਨਾ ਟਰੇ ਪਰਮ ਫਾਸ ਪ੍ਰੇਮ ਭਗਤ ਨਹੀਂ ਉਪਜੈ ਤਾਤੇ ਰਵਿਦਾਸ ਉਦਾਸ ਇਸੇ ਕਰਕੇ ਮੈਂ ਇਹ ਜਿਹੜੇ ਤਰੀਕੇ ਨੇ ਦੱਸੇ ਆਜੂ ਚੱਲ ਰਹੇ ਨੇ ਸੰਸਾਰ ਦੇ ਵਿੱਚ ਇਹਨਾਂ ਤੋਂ ਉਪਰਾਮ ਹੋ ਗਿਆ ਉਦਾਸ ਹੋ ਗਿਆ ਮੈਂ ਇਹਨਾਂ ਨੂੰ ਰੱਦ ਕਰ ਦਿੱਤਾ ਪ੍ਰੇਮ ਭਗਤ ਨੇ ਉਪਜੇ ਕਿਉਂਕਿ ਇਹਨਾਂ ਤਰੀਕਿਆਂ ਦੇ ਨਾਲ ਰੱਬ ਦੇ ਨਾਲ ਪਿਆਰ ਪੈਦਾ ਨਹੀਂ ਹੁੰਦਾ ਹੈ ਜੋ ਸੰਸਾਰੀ ਦੱਸੇ ਜਾ ਰਹੇ ਨੇ ਤੁਸੀਂ ਉੱਥੇ ਮੱਥੇ ਟੇਕੋ ਉੱਥੇ ਜਾਓ ਉੱਥੇ ਜਾਓ ਇਹਨਾਂ ਦੇ ਨਾਲ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦੇ ਨਾਲ ਪਿਆਰ ਨਹੀਂ ਪੈਦਾ ਹੁੰਦਾ ਪ੍ਰੇਮ ਭਗਤੀ ਨਹੀਂ ਪੈਦਾ ਹੁੰਦੀ ਰੱਬ ਦੇ ਨਾਲ ਪਿਆਰ ਨਹੀਂ ਪੈਦਾ ਹੁੰਦਾ ਇਸੇ ਕਰਕੇ ਮੈਂ ਇਹਨਾਂ ਨੂੰ ਰੱਦ ਕਰ ਦਿੱਤਾ ਸਤਿਗੁਰੂ ਰਵਦਾ ਜੀ ਜੋ ਅੱਜ ਅਸੀਂ ਅਪਣਾ ਰਹੇ ਹਾਂ ਜਾਂ ਸਾਡਾ ਸਮਾਜ ਨੇ ਜੋ ਤਰੀਕੇ ਅਪਣਾਏ ਹੋਏ ਨੇ ਡੇਰਿਆਂ ਤੇ ਜਾਣ ਤੇ ਪੀਰਾਂ ਤੇ ਮੱਥੇ ਟੇਕਣ ਦੇ ਦੇਵੀਆਂ ਦੇ ਮੱਥੇ ਟੇਕਣ ਦੇ ਲਾਲਾਂ ਆਲੇ ਹੋਰ ਜੀ ਪੀਰ ਨਗਾਹਾ ਜਾਂ ਹੋਰ ਬੜਾ ਕੁਝ ਹੈ ਤੋ ਇਹ ਟੰਗ ਤਰੀਕੇ ਸਾਰੇ ਰੱਦ ਕਰਤੇ ਇੱਥੇ ਸਤਗੁਰੂ ਰਵਦਾਸ ਜੀ ਮਹਾਰਾਜ ਜੀ ਨੇ ਬਈ ਅਨਕ ਜਤਨ ਨੇ ਗਰੇ ਕੀਏ ਟਾਰੀ ਨਾ ਟਰੇ ਮੈਂ ਬੜੇ ਇਹ ਜਤਨ ਵਰਤ ਕੇ ਦੇਖ ਚੁਕਾ ਪਰ ਮੇਰੇ ਗਲੋਂ ਮਹਿਮਾ ਪਰਮਾ ਦੀ ਫਾਸ ਨਹੀਂ ਲੱਥੀ ਹੈ ਤੋ ਇਸੇ ਕਰਕੇ ਹੀ ਮੈਂ ਇਹਨਾਂ ਨੂੰ ਰੱਦ ਕਰ ਦਿੱਤਾ ਉਦਾਸ ਹੋ ਗਿਆ ਨਾ ਤੋ ਪ੍ਰਾਮ ਹੋ ਗਿਆ ਨਾ ਤੋ ਪਿੱਠ ਮੋੜ ਲਈ ਮੈਂ ਪ੍ਰੇਮ ਭਗਤ ਨਹੀਂ ਉਪਜੈ ਤਾ ਤੇ ਰਵਦਾਸ ਉਦਾਸ ਇਸੇ ਕਰਕੇ ਹੀ ਮੈਂ ਇਹ ਚੀਜ਼ਾਂ ਨੂੰ ਛੱਡ ਦਿੱਤਾ ਹੈ ਕਿਉਂਕਿ ਇਹਨਾਂ ਦੇ ਨਾਲ ਉਹ ਰੱਬ ਤੱਕ ਨਹੀਂ ਪਹੁੰਚਿਆ ਜਾ ਸਕਦਾ ਇਹ ਇਹ ਤਰੀਕੇ ਅਪਣਾਉਣ ਦੇ ਨਾਲ ਅਸੀਂ ਸਾਡੇ ਅੰਦਰ ਰੱਬ ਦੇ ਪ੍ਰਤੀ ਪ੍ਰੇਮ ਨਹੀਂ ਪੈਦਾ ਹੋ ਸਕਦਾ ਕਿਉਂਕਿ ਰੱਬ ਨੂੰ ਪਾਉਣ ਦੀ ਇੱਕੋ ਇੱਕ ਵਿਧੀ ਦੱਸੀ ਗਈ ਆ ਜਨ ਪ੍ਰੇਮ ਕਿਉਂ ਤਿਨ ਹੀ ਪ੍ਰਾਪਾਇਓ ਪ੍ਰੇਮ ਕਿਵੇਂ ਉਪਜਣਾ ਪ੍ਰੇਮ ਉਹਨਾਂ ਦੇ ਗੁਣਾਂ ਨੂੰ ਸਮਝ ਕੇ ਆਪਣਾ ਵੀ ਹੈ ਬੱਲੇ ਬੱਲੇ ਵੀ ਰੱਬ ਦੇ ਰੱਬ ਇਦਾਂ ਵੱਡਾ ਉਹ ਤਾਂ ਸਾਨੂੰ ਸਾਰਾ ਕੁਝ ਦੇ ਰਿਹਾ ਸਾਡਾ ਜੀਵਨ ਉਹਨੇ ਦਿੱਤਾ ਉਹ ਉਹੀ ਸਾਨੂੰ ਰਿਜਕ ਦੇ ਰਿਹਾ ਹੈ ਉਹ ਪਾਣੀ ਉਹਨੇ ਦਿੱਤਾ ਧਰਤੀ ਰਹਿਣ ਲਈ ਉਹਨੇ ਦਿੱਤੀ ਸਾਹ ਲੈਣ ਲਈ ਆਕਸੀਜਨ ਹਵਾ ਉਹਨੇ ਦਿੱਤੀ ਜਦੋਂ ਸਾਨੂੰ ਅਸੀਂ ਆਪਣੀ ਸੋਚ ਦੇ ਨਾਲ ਬੁੱਧੀ ਦੇ ਨਾਲ ਉਹਦੇ ਗੁਣਾਂ ਨੂੰ ਉਚਾਰਨ ਕਰਨ ਲੱਗ ਜਾਵਾਂਗੇ ਗੁਰਬਾਣੀ ਹੈ ਕਿ ਉਹਦੇ ਗੁਣਾਂ ਦਾ ਉਚਾਰਨ ਜਗਾ ਜਗਾ ਹੋ ਰਿਹਾ ਬਾਰ ਬਾਰ ਹੋ ਰਿਹਾ ਹੋ ਰਿਹਾ ਤਾਂ ਕਿ ਸੰਸਾਰ ਦੇ ਲੋਕ ਕੱਚੇ ਰਿਸ਼ਤਿਆਂ ਨਾਲੋਂ ਟੁੱਟ ਕੇ ਉਹ ਸੱਚੇ ਰਿਸ਼ਤੇ ਦੇ ਨਾਲ ਜੁੜ ਜਾਣਾ ਤੇ ਇਸੇ ਕਰਕੇ ਸਤਿਗੁਰੂ ਦਾਸ ਜੀ ਮਹਾਰਾਜ ਕਹਿੰਦੇ ਨੇ ਉਹਦਾ ਇੱਕੋ ਇੱਕ ਤਰੀਕਾ ਹੈ ਪ੍ਰੇਮਾ ਭਗਤੀ ਉਹਦੇ ਗੁਣ ਗਾਉਣੇ ਉਹਦੇ ਗੁਣਾਂ ਨੂੰ ਯਾਦ ਰੱਖਣਾ ਉਹਨਾਂ ਨੂੰ ਯਾਦ ਰੱਖ ਕੇ ਉਹਦੇ ਆਸਾਨਮੰਦ ਹੋਣਾ ਅਨਕ ਯਤਨ ਨੈ ਅਗਰੇ ਕੀਏ ਟਾਰੇ ਨਾ ਟਰੇ ਪ੍ਰਮਾਸ ਪ੍ਰੇਮ ਭਗਤ ਨਹੀਂ ਉਪਜੈ ਤਾ ਤੇ ਰਵਿਦਾਸ ਉਦਾਸ ਤੋ ਬਚਾਰਾ ਕਰਦੇ ਹਾਂ ਪੁੱਲਾਂ ਚੌਕਾ ਦੀ ਮਾਫੀ ਚਾਹੁੰਦਾ ਹਾਂ ਮੈਂ ਰਜਾ ਲੈਣਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ